ਤੁਸੀਂ ਕਦੇ ਇਸ ਬਾਬਤ ਸੋਚਿਆ ਕਿ ਐਡੀ ਵੱਡੀ ਪਾਰਟੀ ਮੋਰਚਾ ਦਾ ਇਤਿਹਾਸ ਹੈ ਤੁਸੀਂ ਆਪਦਾ ਐਲੋਪੀ ਵੀ ਨਹੀਂ ਲਗਾ ਸਕੇ ਇਸ ਵਾਰ ਕਿ ਕੁਝ ਸ਼ਹਿਰ ਦੇ ਲੋਕੀ ਭੜੇ ਸਨ ਕੁਝ ਸਾਨੂੰ ਮਰਦਾ ਸ਼ੌਕ ਵਿੱਚ ਸੀ ਸੜਕ ਦੇ ਖਿਲਾਫ ਗੱਲ ਕੀ ਗਈ ਦੋ ਗੱਲਾਂ ਗਈਆਂ ਸਭ ਤੋਂ ਵੱਡੀ ਗੱਲ ਬੇਅਦਵੀ ਵਾਲੀ ਬੇਅਦਵੀ ਦਾ ਅਜ ਤੱਕ ਵੀ ਕੋਈ ਸਬੂਤ ਨਹੀਂ ਹੈ ਦੂਸਰੀ ਗੱਲ ਗਏ ਫਾਇਰਿੰਗ ਵਾਲੀ ਫਾਇਰਿੰਗ ਵਾਲੀ ਚਲੋ ਰਿਜ਼ਲਟ ਵੀ ਆਇਆ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਪਾਰਟੀ ਦੀ ਹਾਰ ਨਹੀਂ ਹੈ ਮੇਰੀ ਹਾਰ ਹੈ ਬਿਕਾਜ਼ ਵੀ ਲੌਸਟ ਅ ਪਰਸਪੈਕਸ਼ਨ ਬੋਰ ਲੋਕਾਂ ਵਿੱਚ ਇੱਕ ਪਰਸਪੈਕਸ਼ਨ ਬੜੀ ਮਾੜੀ ਬਣੀ ਹੋਈ ਹੈ ਤੁਹਾਡੀ ਪਾਰਟੀ ਪ੍ਰਤੀ ਉਹ ਕਹਿੰਦੇ ਪਰਿਵਾਰ ਦੀ ਪਾਰਟੀ ਕਹਿੰਦੇ ਪਰਿਵਾਰ ਤੋਂ ਲਵਾ ਕਿਸੇ ਹੋਰ ਨੂੰ ਪੁੱਛਿਆ ਨਹੀਂ ਜਾ ਰਿਹਾ ਇਸ ਪਰਸਪੈਕਸ਼ਨ ਨੂੰ ਕਿਵੇਂ ਤੋੜੀ ਸੀ ਦਿਸ ਕੁਡ ਹੈ ਬੀ ਡਨ ਬੈਟਰ ਦੇਖੋ ਮੈਂ ਬਿਲਕੁਲ ਓਨੈਸਟ ਹੋਣ ਦਾ ਗੱਲ ਕਰਾਂ ਕਿ ਦਿਸ ਕੁਡ ਹੈ ਬੀ ਮੈਨੇਜਡ ਬੈਟਰ ਤੁਸੀਂ ਸਲਾਹ ਨਹੀਂ ਦਿੱਤੀ ਕੋਈ ਪਾਰਟੀ ਮੈਂ ਕਹਿੰਦਾ ਮੇਰੀ ਸਲਾਹ ਕਿਤੇ ਗਲਤ ਰਹੀ ਹੋਣੀ ਹੈ ਮੈਂ ਨਹੀਂ ਸਲਾਹ ਦਿੱਤੀ ਸੀ ਸਹੀ ਸਲਾਹ ਦਿੱਤੀ ਸੀ ਮੰਨੀ ਨਹੀਂ ਲਈ ਮੈਨੂੰ ਇਦਾਂ ਨਹੀਂ ਹੈ ਇਦਾਂ ਕਦੇ ਨਹੀਂ ਹੋਇਆ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਚ ਹੋਇਆ ਸੀ ਤੇ ਇਸ ਇਨਸੀਡੈਂਟ ਦੇ ਕਰਕੇ ਇਹਨੂੰ ਸ ਤੁਸੀਂ ਇਹ ਤਾਂ ਮੰਨਦੇ ਹੋ ਕਿ ਡੀਜੀਪੀ ਸੈਕ ਕੀਤਾ ਗਿਆ ਪਰ ਤੁਸੀਂ ਇਹ ਕਦੇ ਨਹੀਂ ਮੰਨਦੇ ਕਿ ਡੀਜੀਪੀ ਲਾਇਆ ਕਿਉਂ ਸੀ ਉਸ ਨੂੰ ਕੋਈ ਰੱਬ ਨਹੀਂ ਹੁੰਦਾ ਗਲਤੀ ਹੋ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਿੱਚ 40 ਫਰਕ ਜੋ ਮੇਰੇ ਫਾਦਰ ਸਾਹਿਬ ਦਾ ਤਾਂ ਮੇਰਾ ਫਰਕ ਹੈ ਉਹ ਹੀ ਫਰਕ ਸਾਸਕੀਰ ਸਿੰਘ ਬਾਦਲ ਦਾ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਹੈ ਉਹ ਇਸ ਤਰੀਕੇ ਡਿਫਾਈਨ ਕਰ ਸਕਦੇ ਹਾਂ ਕਿ ਮਿਸਟਰ ਪ੍ਰਕਾਸ਼ ਸਿੰਘ ਬਾਦਲ ਗਰਾਊਂਡ ਦੇ ਆਪੂ ਰਹੇ ਆ ਤੇ ਮਿਸਟਰ ਸੁਖਬੀਰ ਸਿੰਘ ਬਾਦਲ ਗੂਗਲ ਵਾਲੇ ਆ ਮੇਰੇ ਖਿਆਲ ਜਿੰਨਾ ਟਾਈਮ ਦਾ ਸੁਖਵੀਰ ਸਿੰਘ ਬਾਦਲ ਲੋਕਾਂ ਚ ਵਿਚਾਰਦੇ ਵਿਚਾਰਦੇ ਆ ਪਬਲੀਕਲੀ ਲੋਕਾਂ ਦੇ ਸਾਹਮਣੇ ਸੌ ਦਿਨ ਲਗਾਤਾਰ ਉਹਨਾਂ ਨੇ ਲੋਕਾਂ ਚ ਰਹਿਣਾ ਨਾ ਉਹ ਕਿਹੜਾ ਲੀਡਰ ਕਰੂਗਾ ਨਹੀਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਮਾਸਟਰ ਦਾ ਲੀਡਰ ਕਹਿ ਰਹੇ ਹੋ ਤੇ ਸੁਖਵੀਰ ਸਿੰਘ ਬਾਦਲ ਨੂੰ ਲੋਕ ਬਿਜ਼ਨਸਮੈਨ ਕਹਿੰਦੇ ਸੁਖਵੀਰ ਸਿੰਘ ਬਾਦਲ ਹਿੰਦੁਸਤਾਨ ਦਾ ਇਕੱਲਾ ਇਕੱਲਾ ਲੀਡਰ ਹੈ ਜਿਹੜਾ ਕਿ ਜਿਹੜਾ ਵੀ ਬਿਜ਼ਨਸ ਕਰਦਾ ਆਪਣੇ ਨਾਂ ਤੇ ਕਰਦਾ ਲੋਕੀ ਬਨਾਵੀਆਂ ਦੇ ਕਰਦੇ ਨੇ ਤੁਸੀਂ ਅੱਜ ਵੀ ਆਪ ਜੀ ਨੂੰ ਪੰਜਾਬ ਦੀ ਪਾਰਟੀ ਕਹਿੰਦੇ ਹੋ ਖੇਤਰੀ ਧਿਰ ਕਹਿੰਦੇ ਹੋ ਪਰ ਫੈਡਰਲਿਜ਼ਮ ਤੁਸੀਂ ਛੱਡਤਾ ਤੁਸੀਂ ਫੈਡਰਲਿਜ਼ਮ ਦੀ ਗੱਲ ਨਹੀਂ ਕਰਦੇਗੇ ਕਿਦਾਂ ਨਹੀਂ ਕਰਦੇ ਆਖੜ ਤੁਸੀਂ ਸਾਡਾ ਜਿਹੜਾ ਤੁਸੀਂ ਲਾਸਟ ਮੈਨੀਫੈਸਟੋ ਆ ਜਿਹੜਾ ਹੁਣ ਅਗਲਾ ਵੀ ਆਏਗਾ ਤੁਸੀਂ ਦੇਖ ਲਓ ਸਭ ਤੋਂ ਪਹਿਲਾ ਸਭ ਤੋਂ ਉੱਪਰ ਜਿਹੜਾ ਕੰਮ ਹੋਏਗਾ ਉਹ ਸਟੇਟਾਂ ਦੇ ਵੱੰਦੇ ਅਧਿਕਾਰਾਂ ਹੁੰਦੇ ਹੋਏਗਾ which is settled ਜੰਮੂ ਐਂਡ ਕਸ਼ਮੀਰ ਦਾ ਜਿਹੜਾ ਸਾਰਾ ਮਾ ਹੁੰਦਾ ਧਾਰਾ 370 ਦਾ ਅਕਾਲੀ ਦਲ ਨੇ ਗਲਤੀ ਕੀਤੀ ਉਸ ਨੂੰ ਨੋ 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 370 ਦਾ ਫੈਡਰਲਿਜ਼ਮ ਨਾਲ ਕੋਈ ਸਬੰਧ ਨਹੀਂ ਹੈ ਮੈਂ ਬਿਲਕੁਲ ਕਲੀਅਰ ਇਸ ਗੱਲ ਬਾਰੇ ਕਿ 370 ਦਾ ਜਿੱਥੇ ਤੱਕ ਸਿੱਖਾਂ ਦਾ ਸਬੰਧ ਹੈ ਸਿੱਖਾਂ ਦੇ ਉਹ ਖਿਲਾਫ ਸੀ ਔਰ ਸਿੱਖਾਂ ਨੂੰ ਬਿਲਕੁਲ ਸੂਟ ਨਹੀਂ ਸੀ ਕਰਦੀ ਇਦਾਂ ਹੀ ਜਿਹੜੀ ਮੈਂ ਤੁਹਾਨੂੰ ਹੋਰ ਦੱਸਦਾ ਸਿੱਖਾ ਸਿੱਖਾਂ ਦੀ ਗੱਲ ਕਰ ਰਿਹਾ ਮੈਂ ਇਨਸਾਨੀਅਤ ਦੀ ਗੱਲ ਕਰ ਰਿਹਾ ਜੇ ਅਸੀਂ ਫੈਡਰਲਿਜ਼ਮ ਦੀ ਗੱਲ ਕਰਾਂਗੇ ਤਾਂ ਪੰਜਾਬ ਦੀ ਗੱਲ ਕਰਾਂਗੇ ਨਾ ਪਹਿਲਾਂ ਤੁਸੀਂ ਅਨੰਦਪੁਰ ਮਤੇ ਸਟੈਂਡ ਕਰਦੇ ਹੋ ਅੱਜ ਦੇ ਦੇਖੋ ਅਨੰਦਪੁਰ ਸਾਹਿਬ ਦਾ ਇਹਦਾ ਫੈਡਰਲਿਜ਼ਮ ਦਾ ਟੱਚ ਆ ਉਹਦੇ ਤੇ ਖੜੇ ਹਾਂ ਜਾਸਟੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਵਿਊ ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਸ਼੍ਰੋਮਣੀ ਕਾਲੀ ਦਾਲ 100 ਸਾਲ ਪੁਰਾਣਾ ਇਤਿਹਾਸ ਹੈ ਸ਼੍ਰੋਮਣੀ ਕਾਲੀ ਦਾਲ ਦਾ ਪਾਸ ਸ਼੍ਰੋਮਣੀ ਕਾਲੀ ਦਾਲ ਦੀ ਇਹ ਪਤਲੀ ਹਾਲਤ ਕਿਉਂ ਹੋਈ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਆਪ ਦੀ ਨੀਤੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਪਾਸੇ ਹੋ ਗਿਆ ਜਾਂ ਭਾਜਪਾ ਨਾਲ ਜਿਹੜੀ ਭਾਈਵਾਲੀ ਹੈ ਉਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਇਆ ਜਾਂ ਆਪਣੇ ਸਿਧਾਂਤਾਂ ਤੋਂ ਸ਼੍ਰੋਮਣੀ ਅਕਾਲੀ ਦਲ ਥੜਕ ਗਿਆ ਇਹ ਸਾਰੇ ਸਵਾਲ ਹੁਣ ਲਾਜ਼ਮੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ 100 ਦਿਨਾਂ ਯਾਤਰਾ ਕਰ ਰਿਹਾ ਤਕੜੀ ਦੇ 13 ਵਾਅਦੇ ਗਨਾਏ ਚਾ ਰਿਹਾ ਚਾਰ ਸ਼ੀਟ ਦੱਸੀ ਜਾ ਰਹੀ ਹੈ ਪਹਿਲਾ ਸਵਾਲਾਂ ਦੇ ਵਿਚਾਲੇ ਸਵਾਲ ਇਹ ਹੈਗਾ ਕਿ 10 ਸਾਲ ਜਿਹੜਾ ਰਾਜ ਕੀਤਾ ਉਸ ਦੇ ਵਿੱਚ ਖਾਮੀਆਂ ਕਿ ਰਹੀਆਂ ਇਸ ਬਾਰੇ ਗੱਲਬਾਤ ਕਰਾਂਗੇ ਅਸੀਂ ਬਹੁਤ ਹੀ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਪ੍ਰਿੰਸੀਪਲ ਐ ਸਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨਿਸ਼ ਰੋਮਨੀ ਕਲਜ਼ਲ ਦੇ ਉਹਨਾਂ ਦੇ ਤੇ ਸਾਬਕਾ ਮੀਡੀਆ ਸਲਾਹਕਾਰ ਪ੍ਰਕਾਸ਼ ਸਿੰਘ ਬਾਦਲ ਦੇ ਸਰਜੀਤ ਸਿੰਘ ਬਰਨਾਲਾ ਹਰਾਂ ਦੇ ਉਦੋਂ ਪ੍ਰੈਸ ਸੈਕਟਰੀ ਦੀ ਪੋਸਟ ਹੁੰਦੀ ਸੀਗੀ ਤੇ ਇਹ ਦੋ ਮੁੱਖ ਮੰਤਰੀਆਂ ਨਾਲ ਕੰਮ ਕਰ ਚੁੱਕੇ ਆ 40 ਸਾਲ ਹੋ ਕੇ ਬਾਦਲ ਪਰਿਵਾਰ ਦੇ ਨਾਲ ਇਹਨਾਂ ਨੂੰ ਕੰਮ ਕਰਦਿਆਂ ਇਸ ਤੋਂ ਇਲਾਵਾ ਇਹ ਸਪੋਰਟਸ ਕਮੈਂਟਰੀ ਕਰਦੇ ਰਹੇ ਆ ਬਹੁਤ ਸਾਲ ਇਹਨਾਂ ਸਪੋਰਟਸ ਕਮੈਂਟਰੀ ਕੀਤੀ ਹੈ ਜਰਨਲਿਜ਼ਮ ਕੀਤੀ ਹੈ 15 ਸਾਲ ਐਕਟਿਵ ਜਰਨਲਿਜ਼ਮ ਕੀਤੀ ਹੈ ਤਕਰੀਬਨ ਤੇ ਹੁਣ ਵੀ ਫ੍ਰੀਲੈਂਸ ਜਰਨਲਿਜ਼ਮ ਕਰਦੇ ਪਏ ਆ ਹਰਚਨ ਬੈਂਸ ਬਹੁਤ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਬੈਂਸ ਸਾਹਿਬ ਤੁਹਾਡੀ ਅੰਗਰੇਜ਼ੀ ਬੜੀ ਚੰਗੀ ਹੈ ਪੰਜਾਬੀ ਜ਼ਿਆਦਾ ਚੰਗੀ ਹੋਵੇ ਜ਼ਿਆਦਾ ਅੱਛਾ ਚਲੋ ਮੈਂ ਪੰਜਾਬੀ ਚ ਹੀ ਸਵਾਲ ਕਰੂੰਗਾ ਤੁਹਾਨੂੰ ਸਭ ਤੋਂ ਪਹਿਲਾਂ 10 ਸਾਲ ਪਾਵਰ ਚ ਰਹੇ ਹੋ ਤੁਸੀਂ ਜੀ 25 ਸਾਲ ਰਾਜ ਕਰਨਾ ਸੀਗਾ ਤੇ ਉਹਦਾ 40% ਦਾ ਮੁਕੰਮਲ ਹੋਇਆ ਤੇ 40 ਸਾਲ ਤੁਸੀਂ ਬਾਦਲਾਹ ਰਾਜ ਕੀਤਾ ਜੀ ਤੁਸੀਂ ਉਹਨਾਂ ਨੂੰ ਕੋਈ ਸਲਾਹ ਨਹੀਂ ਦਿੱਤੀ ਵੀ ਅਸੀਂ ਇੰਨਾ ਘੱਟ ਰਾਜ ਕਿਉਂ ਕਰ ਸਕਿਆ ਦੀ ਕਮੀਆਂ ਰਹੀਆਂ ਨਹੀਂ ਸਲਾਹ ਦਿੱਤੀ ਹੋਏਗੀ ਕੋਈ ਸਲਾਹ ਪੈੜੀ ਦਿੱਤੀ ਗਈ ਹੋਣੀ ਆ ਵੀ ਸਲਾਹ ਗਲਤ ਸਲਾਹ ਕਿਤੇ ਕਮੀ ਰਹੀ ਹੋਏਗੀ ਤੋਂ ਇਸ ਤਰ੍ਹਾਂ ਹੁੰਦਾ ਕਿ ਜਦੋਂ ਕੋਈ ਬੰਦਾ ਜਿਹੜਾ ਟੀਚਾ ਆਪਣਾ ਰੱਖਦਾ ਉਹਤੇ ਨਹੀਂ ਪਹੁੰਚਦਾ ਤਾਂ ਉਹਦੇ ਵਿੱਚ ਕਿਸੇ ਹੋਰ ਦਾ ਕਸੂਰ ਨਹੀਂ ਹੁੰਦਾ ਉਹਦਾ ਆਪਣਾ ਹੀ ਹੁੰਦਾ ਤੇ ਉਹਦੇ ਵਿੱਚ ਸਾਡੀ ਹੀ ਕਮੀ ਕਿਤੇ ਰਹੀ ਹੋਏਗੀ ਤੁਸੀਂ ਕਦੇ ਇਸ ਬਾਬਤ ਸੋਚਿਆ ਕਿ ਐਡੀ ਵੱਡੀ ਪਾਰਟੀ ਮੋਰਚਾਂ ਦਾ ਇਤਿਹਾਸ ਹੈ ਤੁਸੀਂ ਆਪ ਦਾ ਐਲੋ ਪੀ ਵੀ ਨਹੀਂ ਲਗਾ ਸਕੇ ਇਸ ਵਾਰ ਦੇਖੋ ਇਸ ਤਰ੍ਹਾਂ ਹੈ ਕਿ ਕਨੇਡਾ ਦੇ ਕਿ ਕੁਛ ਸ਼ਹਿਰ ਦੇ ਲੋਕੀ ਪਹਾੜੇ ਸਨ ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ ਹੂੰ ਤਾਂ ਉਹ ਇਸ ਤਰ੍ਹਾਂ ਹੋਇਆ ਵੀ ਕੁਸ਼ਤਾਂ ਚਲੋ ਗਲਤ ਪ੍ਰਚਾਰ ਵੀ ਕੀਤਾ ਗਿਆ ਕਾਫੀ ਜ਼ਿਆਦਾ ਫੋਰ ਐਗਜ਼ਾਮਪਲ ਜਿਹੜਾ ਮੈਂ ਹੁਣ ਉਸ ਇਸ਼ੂ ਤੇ ਆਣਾ ਨਹੀਂ ਚਾਹੁੰਦਾ ਵੈਸੇ ਪਰ ਚਲੋ ਜਿਹੜਾ ਬੇਅਦਬੀ ਦਾ ਇਸ਼ੂ ਸੀਗਾ ਉਹਦੇ ਉੱਤੇ ਜੋ ਝੂਠ ਕਫਰ ਫੋਲਿਆ ਤੋਲਿਆ ਗਿਆ ਮੇਰੇ ਖਿਆਲ ਤੁਸੀਂ ਐ ਜਰਨਲਿਸਟ ਜਾਣਦੇ ਹੋ ਹੈਨਾ ਕਿ ਬਿਨਾਂ ਕਿਸੇ ਸਬੂਤ ਦੇ ਅੱਜ ਤੱਕ ਵੀ ਕੋਈ ਸਬੂਤ ਨਹੀਂ ਹੈ ਲੇਕਿਨ ਇਲਜ਼ਾਮ ਲਾਤਾ ਕੁਛ ਤਾਂ ਉਹ ਨਾ ਨਾਗਲਾ ਲੇਕਿਨ ਕੁਛ ਜ਼ਰੂਰ ਇੱਕ ਤਾਂ ਦੇਖੋ ਮੈਂ بطور ਐਡਵਾਈਜ਼ਰ ਸਮਝਦਾ ਉਸ ਵੇਲੇ ਮੈਂ মিডিਆ ਨੂੰ ਹੈਂਡਲ ਕਰਦਾ ਸੀ ਅੱਜ ਵੀ ਕਰਦਾ ਲੇਕਿਨ ਉਸ ਵੇਲੇ ਜ਼ਿਆਦਾ ਐਕਟਿਵਲੀ ਕਰਦਾ ਸੀਗਾ ਹੁਣ ਹੋਰ ਬੰਦੇ ਵੀ ਨਾਲ ਨੇ ਤੇ ਉੱਥੇ ਕਿਤੇ ਸਾਡੀ ਹੈਂਡਲਿੰਗ ਦੀ ਵੀ ਮੇਰੇ ਲੋਕਾਂ ਵੀ ਰਹੀ ਤੇ ਮੈਂ ਮੈਂ ਸਮਝਦਾ ਮੈਂ ਪਾਰਟੀ ਦੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਪਹੁੰਚਾ ਸਕਿਆ ਤੋਂ ਮੈਂ ਤਾਂ ਜਦੋਂ ਅਸੀਂ ਸਾਡਾ ਜਦੋਂ ਰਿਜ਼ਲਟ ਵੀ ਆਇਆ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਪਾਰਟੀ ਦੀ ਹਾਰ ਨਹੀਂ ਹੈ ਮੇਰੀ ਹਾਰ ਹੈ ਬਿਕੋਜ਼ ਵੀ ਲੋਸ ਦਾ ਪਰਸਪੈਕਸ਼ਨ ਵਾਰ ਤੇ ਪਰਸੈਪਸ਼ਨ ਮੈਨੇਜਮੈਂਟ ਕਰਨਾ ਮੇਰਾ ਕੰਮ ਸੀਗਾ। ਤੋਂ ਮੈਂ ਸਮਝਦਾ ਪਾਰਟੀ ਨੇ ਤਾਂ ਕੋਈ ਐਡੀ ਕੰਮ ਹੀ ਨਹੀਂ ਸੀ ਜਿੰਨਾਂ ਦੇ ਕੰਮ ਪਾਰਟੀ ਨੇ ਕੀਤੇ ਅੱਜ ਵੀ ਲੋਕੀ ਯਾਦ ਕਰਦੇ ਨੇ। ਨਾ ਦੇਖੋ ਇਸ ਪੰਜਾਬ ਦੇ ਵਿੱਚ ਇਹ ਕਹਿਣਾ ਕਿ ਮੈਂ ਹਰ ਸ਼ਹਿਰ ਨੂੰ ਚਾਰ ਮਾਰਗੀ 6 ਮਾਰਗੀ ਮਾਰਗੀ ਸੜਕਾਂ ਨਾਲ ਮਲਾ ਦਾਂਗਾ ਔਰ ਮਲਾ ਕੇ ਦਿਖਾਣਾ ਔਰ ਕਹਿਣਾ ਅੰਤਰਰਾਸ਼ਟਰੀ 에ਰਪੋਰਟ ਬਣਾ ਦਾਂਗਾ ਔਰ ਬਣਾ ਕੇ ਦਿਖਾਣੀ ਔਰ ਕਹਿਣਾ ਪਾਵਰ ਸਰਪਲਸ ਕਰ ਦਾਂਗਾ ਜੇ 18-18 ਘੰਟੇ ਦੇ ਕੱਟ ਲੱਗਦੇ ਹੋਣ ਕਰਕੇ ਦਿਖਾਣਾ ਜਿੰਨੀਆਂ ਵੀ ਗੱਲਾਂ ਕਹਿਣੀਆਂ ਉਹ ਕਰਕੇ ਦਿਹਾਣੀਆਂ ਛੋਟੀ ਗੱਲ ਨਹੀਂ ਹੁੰਦੀ। ਲੈਗਨ ਦੇ ਬਾਵਜੂਦ ਅਸੀਂ ਤਾਂ ਇੰਨੀ ਬੁਰੀ ਤਰ੍ਹਾਂ ਹਾਰ ਜਾਈਏ ਕਹਿੰਦਾ ਮਤਲਬ ਕਿਤੇ ਜਿਸ ਬੰਦੇ ਨੇ ਗੱਲ ਕਨਵੇ ਕਰਨੀ ਸੀ ਲੋਕਾਂ ਨੂੰ ਉਹ ਕਰ ਨਹੀਂ ਪਾਇਆ ਤੁਹਾਡਾ ਵੋਟ ਸ਼ੇਅਰ ਬਹੁਤ ਘਟਿਆ ਹੈ ਬੈਂਸ ਸਾਹਿਬ ਤਕਰੀਬਨ 25.3% ਤੇ ਹੁਣ ਤੁਹਾਡੇ ਲਈ ਬੜਾ ਵੱਡਾ ਟਾਸਕ ਹੈ ਤੇ ਉਸ ਨੂੰ ਦੁਬਾਰਾ 35% ਤੇ ਲੈ ਕੇ ਜਾਣਾ ਤਕਰੀਬਨ 9.5% ਦਾ ਮਾਰਜਨ ਜਿਹਨੂੰ ਤੁਸੀਂ ਪੂਰਾ ਕਰਨਾ ਹੈ ਜੇ 35% ਤੋਂ ਕੋਈ ਜਾਣੇ ਤਾਂ ਤੁਸੀਂ ਸਰਕਾਰ ਨੂੰ ਦੇ ਜਿਹੜੇ ਦਾਅਵੇ ਆ ਉਸ ਨੂੰ ਪੂਰਾ ਕਰ ਸਕਦੇ ਹੋ ਇਸ ਪਾੜੇ ਨੂੰ ਪੂਰਨ ਦੇ ਲਈ ਮਿਸਟਰ ਬੈਂਸ ਕੋਲੇ ਕੋਈ ਰਣਨੀਤੀ ਹੈ ਦੇਖੋ ਰਣਨੀਤੀ ਦੀ ਐਡੀ ਗੱਲ ਨਹੀਂ ਹੁੰਦੀ ਹੋਵੇ ਰੁਕ ਕੇ ਆਪਾਂ ਕਹਿਣ ਨੂੰ ਕਹਿ ਰਹੇ ਤਾਂ ਕਿ ਜੀ ਉਹ ਪ੍ਰਸ਼ਾਂਤ ਖਸ਼ੋਰ ਤੇ ਬਲਾਬ ਬਲਾਬ ਬਲਾ ਇਹ ਰਣਨੀਤੀਆਂ ਰਣਨੀਤੀ ਕੋਈ ਗੱਲ ਨਹੀਂ ਹੁੰਦੀ ਮੇਰਾ ਬੇਸਿਕਲੀ ਇਟਸ ਅਬਾਊਟ ਡੂਇੰਗ ਦਾ ਰਾਈਟ ਥਿੰਗ ਪਾਰਟੀ ਨੇ ਸਹੀ ਕੰਮ ਕਰਨਾ ਹੁੰਦਾ ਹੈ ਉਹੀ ਰਣਨੀਤੀ ਹੁੰਦੀ ਹੈ ਅਸਲ ਦੇ ਵਿੱਚ ਤਾਂ ਬਾਕੀ ਤਾਂ ਗੱਲਾਂ ਜੇ ਰਣਨੀਤੀ ਆਪਾਂ ਕਹਿੰਦੇ ਸਿਰਫ ਪਰਸੈਪਸ਼ਨ ਦੀ ਰਣਨੀਤੀ ਹੋ ਸਕਦੀ ਹੈ ਵੀ ਗੱਲ ਨੂੰ ਪਛਾਣਨਾ ਕਿਵੇਂ ਆ ਉਹਦੇ ਚ ਤਾਂ ਹੋ ਸਕਦਾ ਹੈ ਵੀ ਕੋਈ ਬੈਟਰ ਯੂਜ਼ ਆਫ ਮੀਡੀਆ ਕਿਵੇਂ ਕਰਨਾ ਹੈ ਜਾਂ ਆਪਣੀ ਗੱਲ ਨੂੰ ਕਿਹੜੇ ਸਲੋਗਨ ਨਾਲ ਅੱਗੇ ਪਹੁੰਚਾਣਾ ਜਾਂ ਕਿਹੜੀ ਉਹ ਲੈਂਗੁਏਜ ਜਿਹੜੀ ਲੋਕ ਸਿੱਧੀ ਉਹਨਾਂ ਦੇ ਨਾਲ ਜਾਵੇ ਉੱਥੇ ਤਾਂ ਰਣਨੀਤੀ ਹੋ ਸਕਦੀ ਹੈ ਕਿ ਜਿੱਦ ਤੱਕ ਕੰਮਾਂ ਦੀ ਗੱਲ ਹੈ ਉਹਦੇ 'ਚ ਰਣਨੀਤੀ ਦੀ ਗੱਲ ਨਹੀਂ ਹੁੰਦੀ ਇਟਸ ਓਨਲੀ ਅਬਾਊਟ ਡੂਇੰਗ ਦਾ ਰਾਈਟ ਥਿੰਗ ਤੁਸੀਂ ਸਹੀ ਕੰਮ ਕਰਨਾ ਹੁੰਦਾ ਔਰ ਸਹੀ ਕੰਮ ਜੇ ਅਸੀਂ ਕਰ ਰਹੇ ਹਾਂ ਤਾਂ ਮੇਰੇ ਖਿਆਲ ਉਹਦੇ ਨਾਲ ਦੀ ਕੋਈ ਰਣਨੀਤੀ ਨਹੀਂ ਹੁੰਦੀ ਤੁਸੀਂ ਪ੍ਰਸ਼ਾਂਤ ਕੁਸ਼ੋਰ ਦਾ ਜ਼ਿਕਰ ਕਰ ਲਿਆ ਮੈਂ ਉਹਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਸੀ ਤੁਸੀਂ ਪ੍ਰਸ਼ਾਂਤ ਕੁਸ਼ੋਰ ਦਾ ਨਾਮ ਲੈ ਲਿਆ ਨਹੀਂ ਮੈਂ ਤਾਂ ਲਿਆ ਕਿ ਬੜਾ ਗੱਲਾਂ ਕਰਦੇ ਨੇ ਰਣਨੀਤੀ ਦੀ ਬੜਾ ਤੁਸੀਂ ਪ੍ਰਸ਼ਾਂਤ ਕੁਸ਼ੋਰ ਦੇ ਸਾਥੀਆਂ ਨੂੰ ਵੀ ਨਾਲ ਲਿਆ ਰਹੇ ਹੋ ਕਿ ਰਣਨੀਤੀ ਬਣਾਈਏ ਆਪਾਂ ਇਕੱਠੇ ਬਹਿ ਕੇ ਪਰਸੈਪਸ਼ਨ ਦੇ ਵਿੱਚ ਹਾਂ ਪਰਸੈਪਸ਼ਨ ਦੇ ਵਾਸਤੇ ਵੀ ਜਿੱਥੇ ਮੈਂ ਸਮਝਦਾ ਸੀ ਲਾਸਟ ਟਾਈਮ ਮੈਂ ਫੇਰ ਹੋਇਆ ਉਹਦੇ ਤਾਂ ਤੁਹਾਡੀ ਪੋਲਿਟਿਕਸ ਥੋੜੀ ਵੱਖਰੀ ਹੈ ਉੱਥੇ ਪ੍ਰਸ਼ਾਂਤ ਕਸ਼ੋਰ ਨੂੰ ਅੱਗੇ ਕੀਤਾ ਜਾ ਰਿਹਾ ਤੁਸੀਂ ਇੱਥੇ ਸੁਖਵੀਰ ਸਿੰਘ ਬਾਦਲ ਨੂੰ ਅੱਗੇ ਰੱਖ ਰਹੇ ਹੋ ਨਾ ਕਿ ਰਣਨੀਤੀਕਾਰ ਜਾਂ ਨੀਤੀ ਘਾੜੇ ਉਹਨਾਂ ਨੂੰ ਅੱਗੇ ਰੱਖਿਆ ਜਾਵੇ ਨਹੀਂ ਨਹੀਂ ਉਹ ਪ੍ਰਸ਼ਾਂਤ ਕਸ਼ੋਰ ਨੇ ਉਹਨਾਂ ਨੂੰ ਲੋਡ ਇਸ ਕਰਕੇ ਅੱਗੇ ਰੱਖਣ ਦੀ ਹੈ ਕਿ ਉਹਨਾਂ ਕੋਲ ਲੀਡਰ ਨਹੀਂ ਵਧੀਆ ਹੈ ਸਾਡੇ ਤਾਂ ਪ੍ਰਸ਼ਾਂਤ ਕਸ਼ੋਰ ਦਾ ਜਿਹੜਾ ਜਿਹੜਾ ਜਿਹਨੂੰ ਸਾਡਾ ਪ੍ਰਸ਼ਾਂਤ ਕਸ਼ੋਰ ਕਿਹਾ ਜਾਊਗਾ ਉਹਨਾਂ ਦਾ ਲੋਕਾਂ ਦਾ ਨਾਮ ਲੋਕਾਂ ਨੂੰ ਉਹਨਾਂ ਦਾ ਨਾਮ ਹੀ ਨਹੀਂ ਪਤਾ ਹੈ ਸਾਨੂੰ ਉਹਦਾ ਨਾਮ ਪ੍ਰੋਜੈਕਟ ਕਰਨ ਦੀ ਲੋੜ ਨਹੀਂ ਨਾ ਹੈ ਸਾਨੂੰ ਆਪਣੇ ਲ ਉਹ ਪ੍ਰਸ਼ਾਂਤ ਕਿਸ਼ੋਰ ਦਾ ਨਾਮ ਨਹੀਂ ਉਹਨਾਂ ਨੂੰ ਲੋੜ ਆ ਜਿਨ੍ਹਾਂ ਨੂੰ ਆਪਣੇ ਲੀਡਰਸ਼ਿਪ ਚ ਕੋਈ ਕਮੀ ਨਜ਼ਰ ਆਉਂਦੀ ਹੈ ਲੋਕਾਂ ਵਿੱਚ ਇੱਕ ਪਰਸੈਪਸ਼ਨ ਬੜੀ ਮਾੜੀ ਬਣੀ ਹੋਈ ਹੈ ਤੁਹਾਡੀ ਪਾਰਟੀ ਪ੍ਰਤੀ ਉਹ ਕਹਿੰਦੇ ਪਰਿਵਾਰ ਦੀ ਪਾਰਟੀ ਹੈ ਪੰਜ ਜਾਨੇ ਮੰਤਰੀ ਮੰਡਲ ਵਿੱਚ ਸ਼ਾਮਲ ਹੈ ਦੋ ਮਿਸਟਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਆਦੇਸ਼ ਪ੍ਰਤਾਪ ਕੈਰੋ ਵਿਕਰਮ ਜੀਠੀਆ ਕੇਂਦਰੀ ਵਿਜਾਰਤ ਵਿੱਚ ਹਰ ਸਿਓ ਕੋ ਬਾਦਲ ਕਹਿੰਦੇ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਨੂੰ ਪੁੱਛਿਆ ਨਹੀਂ ਜਾ ਰਿਹਾ ਇਹ ਇਸ ਪਰਸੈਪਸ਼ਨ ਨੂੰ ਕਿਵੇਂ ਤੋੜਾਂਗੇ ਸੀ ਦਿਸ ਕੁਡ ਹੈ ਬੀ ਡਨ ਬੈਟਰ ਦੇਖੋ ਮੈਂ ਬਿਲਕੁਲ ਓਨੈਸਟ ਹੋਣੇ ਗੱਲ ਕਰਾਂ ਕਿ ਦਿਸ ਕੁਡ ਹੈ ਬੀ ਮੈਨੇਜਡ ਬੈਟਰ ਜਿਹੜਾ ਤਾਂ ਦੇਖੋ ਦੋ ਗੱਲਾਂ ਨੇ ਇਹਦੀਆਂ ਇੱਕ ਤਾਂ ਬਿਲਕੁਲ ਫ੍ਰੈਂਕ ਗੱਲ ਕਰੀਏ ਇੱਕ ਤਾਂ ਹੈ ਕਿ ਪਰਿਵਾਰ ਪੋਲਿਟਿਕਸ 'ਚ ਹੋਣਾ ਉਹ ਤਾਂ ਵੇ ਸਮਝਦਾ ਉਹਦਾ ਇਲਜ਼ਾਮ ਗਲਤ ਹੈ ਕਿਉਂਕਿ ਇਟਸ ਲਾਈਕ ਐਨੀ ਅਦਰ ਗੇਮ ਯੋ ਨਾ ਸਪੋਰਟਸ ਦੇਖੇ ਦੇ ਆਉ ਤੁਹਾਡੇ ਕੋ ਟੈਲੈਂਟ ਹੈਗਾ ਰ ਤੁਸੀਂ ਤੁਹਾਨੂੰ ਕੋ ਸफारਿਸ਼ ਕਰਕੇ ਇੱਕ ਵਾਰੀ ਗੇਮ ਖਿਲਾਵ ਵੀ ਦਵੇ ਤਾਂ ਦੂਜੀ ਵਾਰੀ ਤੁਸੀਂ ਆਪਣੇ ਆਪ ਹੀ ਬਾਹਰ ਹੋ ਜਾਓਗੇ ਜੇ ਤੁਹਾਡੇ ਕੋ ਟੈਲੈਂਟ ਨਹੀਂ ਹੈ ਤਾਂ ਤੁਹਾਨੂੰ ਜੇ ਲੰਬਾ ਸਮਾਂ ਚੱਲਣਾ ਤੇ ਦੂਰਕਰ ਬਣ ਨਹੀਂ ਪਾਏਗਾ ਸੋ ਜਿਹੜੀ ਤਾਂ ਪੋਲਿਟਿਕਸ ਵਿੱਚ ਹੋਣ ਦੀ ਗੱਲ ਆ ਉਹ ਤਾਂ ਪਰਿਵਾਰ ਪ੍ਰਭੂਰ ਦੀ ਤਾਂ ਸਾਨੂੰ ਇਨੀਸ਼ੀਅਲੀ ਕਦੀ ਵਾਰੀ ਐਡਵਾਂਟੇਜ ਹੋ ਸਕਦਾ ਹੈ ਉਸ ਤੋਂ ਬਾਅਦ ਤਾਂ ਇਟਸ ਔਨ ਯੋਰ ਓਨ ਤੁਹਾਨੂੰ ਕਰਨਾ ਹੀ ਪਵੇਗਾ ਤਾਂ ਹੀ ਹੋਵਗੇ ਨਹੀਂ ਤਾਂ ਨਹੀਂ ਹੋਵਗੇ ਜਿਹੜੀ ਤੁਸੀਂ ਉਹ ਗੱਲ ਕੀਤੀ ਹੈ ਮਿਨਿਸਟਰ ਬਣਾਉਣੇ ਦੀ ਦੇਖੋ ਜਿੱਥੇ ਤੱਕ ਤਾਂ ਸੀਗਾ ਗੱਲ ਸਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਬਾਰੇ ਤੇ ਕੋਈ ਰੌਲਾ ਨਹੀਂ ਸੀਗਾ ਸਰ ਸੁਖਵੀਰ ਸਿੰਘ ਬਾਦਲ ਬਾਰੇ ਵੀ ਕੋਈ ਰੌਲਾ ਨਹੀਂ ਸੀ ਇਹਨਾਂ ਦੀ ਡਾਇਨਮਿਜ਼ਮ ਆਫ ਇਲੈਕਸ਼ਨ ਅੱਜ ਪਹਿਲਾਂ ਦੇਖ ਚੁੱਕੇ ਸੀਗੇ ਇਹਨਾਂ ਦੀ ਕੈਪੇਬਿਲਿਟੀ ਦੇਖ ਚੁੱਕੇ ਸੀ ਮੈਨੇਜਮੈਂਟ ਦੇਖ ਚੁੱਕੇ ਸੀ ਇਹਨਾਂ ਬਾਰੇ ਵੀ ਕੋਈ ਰੌਲਾ ਨਹੀਂ ਸੀਗਾ ਹਾਂ ਜਿਹੜੀ ਜਿਹੜੇ ਹੋਰ ਮਿਨਿਸਟਰ ਸਾਹਿਬਾਨ ਨੇ ਉਹਨਾਂ ਬਾਰੇ ਸ਼ਾਇਦ ਆਪਾਂ ਕਹਿ ਸਕਦੇ ਆਂ ਵੀ ਸ਼ਾਇਦ ਉਹ ਲੱਗ ਸਕਦਾ ਵੀ ਉਹ ਥੋੜਾ ਜਲਦੀ ਤੁਸੀਂ ਸਲਾਹ ਨਹੀਂ ਦਿੱਤੀ ਕੋਈ ਹਾਂਜੀ ਤੁਸੀਂ ਸਲਾਹ ਨਹੀਂ ਦਿੱਤੀ ਕੋਈ ਪਾਰਟੀ ਨੂੰ ਮੈਂ ਕਹਿੰਦਾ ਮੇਰੀ ਸਲਾਹ ਕਦੇ ਗਲਤ ਰਹੀ ਹੋਣੀ ਆ ਮੈਂ ਨਹੀਂ ਸਲਾਹ ਦਿੱਤੀ ਹੋਣੀ ਸਹੀ ਸਲਾਹ ਦਿੱਤੀ ਸੀ ਮੰਨੀ ਨਹੀਂ ਗਈ ਨੇ ਨਹੀਂ ਇਦਾਂ ਨਹੀਂ ਹੈ ਇਦਾਂ ਕਦੇ ਨਹੀਂ ਹੋਇਆ ਹੈ। ਸਲਾਮ ਅਲੀਕੁਮ। ਦੇਖੋ ਮੈਂ ਜਿਹੜੀ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਮੈਂ ਆਪਣੇ ਸਟੇਟਮੈਂਟ ਰਿਹਾ। ਦੇਖੋ ਮੈਂ ਮੈਂ ਸ਼ੁਰੂ ਚ ਗੱਲ ਕਹੀ ਹੈ ਕਿ ਉਹ ਇਲੈਕਸ਼ਨ ਹਾਰੇ ਮੇਰੇ ਕਰਕੇ। ਬਿਕਾਜ਼ ਦ ਗਵਰਨਮੈਂਟ ਵਾਸ ਅ ਵੈਰੀ ਗੁੱਡ ਗਵਰਨਮੈਂਟ। ਇਟ ਪਰਫਾਰਮਡ। ਯਾਨੀ ਕੋਈ ਗਲਤੀ ਨਹੀਂ ਸੀ ਕੀਤੀ। ਔਰ ਮੈਂ ਚਲੋ ਚਲੋ ਸਭ ਤੋਂ ਵੱਡਾ ਜਿਹੜਾ ਸਾਡੇ ਖਿਲਾਫ ਗੱਲ ਕੀ ਗਈ ਦੋ ਗੱਲਾਂ ਗਈਆਂ। ਸਭ ਤੋਂ ਵੱਡੀ ਗੱਲ ਬੇਅਦਵੀ ਵਾਲੀ। ਬੇਅਦਵੀ ਦਾ ਅਜ ਤੱਕ ਵੀ ਕੋਈ ਸਬੂਤ ਨਹੀਂ ਹੈ। ਦੂਸਰੀ ਗੱਲ ਗਈ ਉਹ ਫਾਇਰਿੰਗ ਵਾਲੀ। ਫਾਇਰਿੰਗ ਦਾ ਜਿਹੜੀ ਗੱਲ ਕਰਦੇ ਰੇ ਜੀ ਰਾਤ ਨੂੰ 2 ਵਜੇ ਕੀਤਾ ਉਹ ਤਾਂ ਕੋਟਕਪੂਰੇ ਬਾਰੇ ਸੀਗੀ ਉੱਥੇ ਤਾਂ ਫਾਇਰਿੰਗ ਨਹੀਂ ਸੀ ਜਿੱਥੇ ਤਾਂ ਕਿਲਿੰਗ ਹੀ ਨਹੀਂ ਹੋਈ ਗੱਲ ਐਦਾਂ ਫਲਾਤੀ ਗਈ ਵੀ ਬਾਦਲ ਸਾਹਿਬ ਨੇ ਫੋਨ ਕਰਕੇ 2 ਵਜੇ ਇੰਜਰੀ ਤਾਂ ਇੰਜਰੀ ਤਾਂ ਬਹੁਤ ਮੇਜਰ ਹੋਈ ਇਸ ਗੱਲ ਨੂੰ ਮੈਂ ਕੋਟਕਪੂਰੇ ਕੋਟਕਪੂਰੇ ਇੰਜਰੀ ਤਾਂ ਬਹੁਤ ਮੇਜਰ ਹੋਈ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਗੱਲ ਹੁੰਦੀ ਹੈ ਪਹਿਲੀ ਗੱਲ ਤਾਂ ਮੁੱਖ ਮੰਤਰੀ ਕਿਸੇ ਕੋਲੇ ਵੀ ਚਾਹੇ ਅਮਰਿੰਦਰ ਸਿੰਘ ਨਾ ਹੋਵੇ ਚਾਹੇ ਉਹ ਬਾਦਲ ਸਾਹਿਬ ਨੇ ਜਾਂ ਕੋਈ ਵੀ ਹੋਵੇ ਉਹਦੇ ਕੋਲ ਰਾਈਟ ਨਹੀਂ ਹੁੰਦਾ ਇਹ ਕਿ ਉਹ ਫਾਇਰਿੰਗ ਆਰਡਰ ਕਰ ਦੇ ਫਾਇਰਿੰਗ ਆਰਡਰ ਸਿਰਫ ਐਚ ਡ ਤੇ ਐਸਡੀਓਮ ਨੂੰ ਥੋੜੇ ਫੋਨ ਕੀਤਾ ਸੀ ਇਹਨਾਂ ਨੇ ਹੈਨਾ ਜਿਆਦਾ ਜਿਆਦਾ ਕੋਈ ਕਹਿੰਦਾ ਐਸਡੀਓਮ ਨੂੰ ਫੋਨ ਕੀਤਾ ਐਸਡੀਓਮ ਕਹਿੰਦਾ ਹਾਂ ਜੀ ਮੈਨੂੰ ਮੁੱਖ ਮੰਤਰੀ ਨੇ ਕਿਹਾ ਵੀ ਫਾਇਰਿੰਗ ਕਰੋ ਤਾਂ ਮੈਂ ਕਹਿੰਦਾ ਫਾਇਰ ਕਰੋ ਉਹ ਤਾਂ ਗੱਲੇ ਨਹੀਂ ਹੋਈ ਸੋ ਉਹ ਸਾਰੀ ਹੀ ਕਹਾਣੀ ਜਿਹੜੀ ਸੀਗੀ ਉਹ অপوزیشن ਨੂੰ ਸੂਟ ਕਰਦੀ ਸੀ ਐਂਡ ਆਈ ਕੰਪਲੀਮੈਂਟ देम ਜਿਹੜੀ ਜਿਹੜੀ ਗੇਮ ਖੇਡਦੇ ਨੇ ਉਹ ਗੇਮ ਚ ਉਹ ਝੂਠੀ ਗੇਮ ਖੇਡੀ ਸੀ ਉਹਨਾਂ ਨੇ ਸਭ ਤੋਂ ਬੈਟਰ ਖੇਡੀ ਉਹਨਾਂ ਨੇ ਅਸੀਂ ਇਕੱਲੇ ਸੱਚ ਤੇ ਖੜੇ ਰਹੇ ਨਹੀਂ ਤੁਸੀਂ ਇਹ 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 ਗੱਲ ਕਿਉਂ ਨਹੀਂ ਮੰਨਦੇ ਪਏ ਕਿ ਪੁਲਿਸ ਤੇ ਤੁਸੀਂ ਐਕਸ਼ਨ ਨਹੀਂ ਲੈ ਸਕਿਓ ਜੇ ਪੁਲਿਸ ਨੇ ਕੀਤਾ ਸੀਗਾ ਜਾਂ ਉੱਥੇ ਦੇ ਨਹੀਂ ਨਹੀਂ ਮੈਂ ਡਿਊਟੀ ਮਿਨਿਸਟਰੀ ਨੇ ਕੀਤਾ ਸੀਗਾ ਲੈਟਸ ਟਾਕ ਅਬਾਊਟ ਇਟ ਕਿਉਂ ਨਹੀਂ ਲੈ ਸਕੇ ਜਦੋਂ ਫਾਇਰਿੰਗ ਹੋਈ ਹੈ ਦੇਖੋ ਸਾਰੇ ਕੀ ਕਹਿੰਦੇ ਆ ਕਿ ਜੀ ਉਹ ਕੀ ਕਹਿੰਦੇ ਆ ਅਨ ਆਈਡੈਂਟੀਫਾਈਡ ਬੰਦਿਆਂ ਦੇ ਨਾਮ ਦਿੱਤੇ ਪਰਚੇ ਕਰਦੇ ਇਹ ਕਹਿੰਦੇ ਆ ਨਾ ਜਦੋਂ ਵੀ ਇਦਾਂ ਦੀ ਉਹ ਸਿਚੁਏਸ਼ਨ ਹੁੰਦੀ ਆ ਅੱਜ ਵੀ ਈਵਨ ਆ ਪਿੱਛੇ ਇੱਥੇ ਹੋ ਕੇ ਹੱਟਿਆ ਫਾਇਰਿੰਗ ਉਦੋਂ ਪਹਿਲਾ ਪਰਚਾ ਜਿਹੜਾ ਹੁੰਦਾ ਉਹ ਹਮੇਸ਼ਾ ਹੀ ਇਦਾਂ ਹੁੰਦਾ ਅਨ ਆਈਡੈਂਟੀਫਾਈਡ ਬੰਦਿਆਂ ਦੇ ਨਾਂ ਤੇ ਹੀ ਹੁੰਦਾ ਲੇਕਿਨ ਉਦੋਂ ਉਹਦੇ ਜਦੋਂ ਉਹਨੂੰ ਤੁਸੀਂ ਪ੍ਰੂਵ ਕਰਕੇ ਐਫ ਆਈ ਆਰ ਵਿੱਚ ਕਨਵਰਟ ਕਰਦੇ ਆ ਤੇ ਉਹਨੂੰ ਜਦੋਂ ਤੁਸੀਂ ਚਲਾਨ ਪੇਸ਼ ਕਰਦੇ ਆ ਉਦੋਂ ਤੁਸੀਂ ਬੰਦਿਆਂ ਦੇ ਨਾਂ ਦੱਸਦੇ ਆ ਵੀ ਆਹ ਬੰਦੇ ਉਦੋਂ 11 ਬੰਦਿਆਂ ਦੇ ਨਾਂ ਦੱਸੇ ਗਏ ਸੀਗੇ ਤਾਂ ਅਨ ਆਈਡੈਂਟੀਫਾਈ ਜਿਹੜੀ ਤਾਂ ਕੋਈ ਗੱਲ ਹੀ ਨਹੀਂ ਸੀਗੀ ਇਹ ਉਸ ਵੇਲੇ ਹੀ ਦੱਸੇ ਗਏ ਸੀ 11 ਬੰਦਿਆਂ ਦੇ ਨਾਂ ਬਲਕਿ ਉਹਨਾਂ ਦੇ 11 ਚੋਂ ਤੁਹਾਨੂੰ ਤਾਂ ਪਤਾ ਹੀ ਆ ਸੱਤ ਬੰਦਿਆਂ ਦੇ ਨਾਂ ਦੇ ਸਰਕਾਰ ਨੇ ਕੱਢ ਤੇ ਆ ਕੇ ਸਾਨੂੰ ਕਹਿੰਦੇ ਨਾਂ ਨਹੀਂ ਦੱਸੇ ਅਜੇ ਤੱਕ 11 ਬੰਦਿਆਂ ਦੇ ਨਾਂ ਦੱਸੀ ਸੀ ਉਹ ਚ ਐਸਐਸਪੀ ਦਾ ਨਾਂ ਵੀ ਸੀਗਾ ਚਲੋ ਮੈਂ ਛੋੜਿਆ બીજી ਗੱਲ ਉਸੇ ਇਸ਼ੂ ਤੇ ਦੇਖੋ ਪੰਜਾਬ ਦੇ ਵਿੱਚ ਆਪਾਂ ਇਹ ਗੱਲ ਭੁੱਲ ਜਾਨੇ ਕਈ ਵਾਰੀ ਪੰਜਾਬ ਦੇ ਵਿੱਚ ਕਿੰਨੇ ਫੇਕ ਐਨਕਾਊਂਟਰਸ ਹੋਏ ਕਿੰਨੇ ਪੰਜਾਬ ਦੇ ਬੱਚੇ ਹਜ਼ਾਰਾਂ ਦੀ ਗਿਣਤੀ ਵਿੱਚ ਨਜਾਇਜ਼ ਮਾਰੇ ਗਏ ਕਦੇ ਕਿਸੇ ਐਸਐਸਪੀ ਨੂੰ ਕਦੇ ਕਿਸੇ ਥਾਣੇਦਾਰ ਨੂੰ ਕਦੇ ਕਿਸੇ ਇਨਸਪੈਕਟਰ ਨੂੰ ਕਦੇ ਡੀਐਸਪੀ ਨੂੰ ਡਿਸਮਿਸ ਨਹੀਂ ਕੀਤਾ ਗਿਆ। ਔਰ ਡੀਜੀਪੀ ਦਾ ਗੱਲ ਛੱਡੋ। ਅਸੀਂ ਜਿੰਨੇ ਬੰਦੇ ਇਨਵੋਲਡ ਸੀ ਉਹਨਾਂ ਨੂੰ ਫੌਰਨ ਕੀਤਾ ਔਰ ਡੀਜੀਪੀ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਚ ਹੋਇਆ ਸੀ ਕਿ ਕਿਸੇ ਇੱਕ ਇਨਸੀਡੈਂਟ ਦੇ ਕਰਕੇ ਕਹਿ ਕੇ ਵੀ ਇਸ ਇਨਸੀਡੈਂਟ ਦੇ ਕਰਕੇ ਇਹਨੂੰ ਸੈਕ ਕੀਤਾ ਜਾਉਂਦਾ। ਚਲੋ ਤੁਸੀਂ ਇਹ ਤਾਂ ਮੰਨਦੇ ਹੋ ਕਿ ਡੀਜੀਪੀ ਸੈਕ ਕੀਤਾ ਗਿਆ ਪਰ ਤੁਸੀਂ ਇਹ ਕਦੇ ਨਹੀਂ ਮੰਨਦੇ ਕਿ ਡੀਜੀਪੀ ਲਾਇਆ ਕਿਉਂ ਸੀ ਉਸ ਨੂੰ ਜਿੰਦਾ ਇੰਨਾ ਖਰਾਬ ਰਿਕਾਰਡ ਰਿਹਾ ਹੋਵੇ। ਮੈਂ ਤੁਹਾਨੂੰ ਇੱਕ ਸ਼ੁਰੂ ਚ ਗੱਲ ਕਹੀ ਸੀਗੀ ਕਿ ਕੋਈ ਵੀ ਰੱਬ ਨਹੀਂ ਹੁੰਦਾ ਗਲਤੀ ਹੋ ਜਾਂਦੀ ਹੈ ਯੂ ਨੋ ਕਿਤੇ ਨਾ ਕਿਤੇ ਹੁੰਦਾ ਐਦਾਂ ਵੀ ਤੁਸੀਂ ਤੁਹਾਡੀ ਤੁਹਾਡੀ ਜਜਮੈਂਟ ਗਲਤ ਹੋ ਜਾਂਦੀ ਹੈ ਤੁਸੀਂ ਸਮਝਦੇ ਆਂ ਕਿ ਸ਼ਾਇਦ ਇਹ ਅੱਛਾ ਕੰਟਰੋਲ ਕਰ ਪਾਏਗਾ ਜਾਂ ਅੱਛਾ ਐਡਮਿਨਿਸਟ੍ਰੇਸ਼ਨ ਦੇ ਪਾਏਗਾ ਤੁਹਾਡੀ ਤੁਹਾਡੀ ਜਿਹੜੀ ਈਵੈਲਿਊਏਸ਼ਨ ਗਲਤ ਹੋ ਸਕਦੀ ਹੈ ਉਹ ਚ ਕੋਈ ਰੋਲਾ ਨਹੀਂ ਹੈਗਾ ਪਰ ਜਿਹੜੀ ਗੱਲ ਬਾਰੇ ਗੱਲ ਕਰ ਰਹੇ ਆਂ ਜਿਸ ਗੱਲ ਤੇ ਅਸੀਂ ਇਲੈਕਸ਼ਨ ਹਾਰੇ ਸੀਗੇ ਉਹ ਇਲੈਕਸ਼ਨ ਅਸੀਂ ਹਾਰੇ ਸੀਗੇ ਬੇਬਦ ਵੀਦੇ ਇਸ਼ੂ ਤੇ ਉਹਦੇ ਉੱਤੇ ਜੋ ਸਟ੍ਰਿਕਟਸਟ ਪੋਸੀਬਲ ਐਕਸ਼ਨ ਕੋਈ ਕੋਈ ਵੀ ਸਟੇਟ ਗਵਰਨਮੈਂਟ ਲੈ ਸਕਦੀ ਹੈ ਉਸੀ ਲੈਤਾ ਸੀਗਾ ਉਹ ਤੋਂ ਪੁਰਾ ਲੈ ਨਹੀਂ ਸਕਦੀ ਉਹ ਤੋਂ ਅੱਗੇ ਜੁਡੀਸ਼ਰੀ ਹੀ ਲੈ ਸਕਦੀ ਸੀ ਚਲੋ ਮੈਂ ਛੋੜਾ ਬ੍ਰੇਕ ਲਊਗਾ ਬੈਂਸ ਸਾਹਿਬ ਆਪਸਾ ਕਿ ਬੈਂਸ ਸਾਹਿਬ ਕਹਿੰਦੇ ਅਸੀਂ ਐਕਸ਼ਨ ਜਿਹੜਾ ਸਟ੍ਰਿਕਟ ਲੈਣਾ ਸੀ ਉਹ ਲੈ ਚੁੱਕੇ ਆ ਤੇ ਲਿਆ ਵੀ ਹੈ ਉਸਤੇ ਬਾਵਜੂਦ ਸਰਕਾਰ ਨਹੀਂ ਬੰਨ ਸਕੀ ਪਰ ਸਵਾਲ ਇਹ ਹੈ ਕਿ ਅਕਾਲੀ ਦਲ ਦੇ ਐਕਸ਼ਨ ਤੇ ਵੀ ਸਵਾਲ ਕਿਉਂ ਉੱਠਦੇ ਪਏ ਵਾਪਸ ਆ ਰਿਹਾ ਇੱਕ ਵੇਲੇ ਤੋਂ ਸਵਾਲ ਕਰਦੇ ਆ ਹਰਚੰਨ ਬੈਂਸ ਸਾਡੇ ਨਾਲ ਮੌਜੂਦ ਹੈ ਕਿ ਬਹੁਤ ਹੀ ਅਰਬੇਕਰ ਹਰਚੰਨ ਬੈਂਸ ਨੂੰ ਕਈ ਲੋਕ ਕਹਿੰਦੇ ਆ ਕਿ ਇਸ ਸਿਆਸੀ ਲੀਡਰ ਨੇ ਸੀਨੀਅਰ ਆਕੂ ਨੇ ਸ਼ਰਮ ਨਿਕਲ ਦਿੱਤੇ ਪਰ ਮੈਂ ਸ਼ਬਦ ਨਹੀਂ ਵਰਤ ਰਿਹਾ ਕਿਉਂਕਿ ਬੈਂਸ ਸਾਹਿਬ ਅੱਜ ਵੀ ਜੈਲਿਜ਼ਮ ਕਰਦੇ ਪਏ ਆ ਤੇ ਸਲਾਹਾਂ ਦਿੰਦੇ ਆ ਅਕਾਲ ਚਾ ਨੂੰ ਇਹਨਾਂ ਦੀਆਂ ਸਲਾਹਾਂ ਕਿੰਨੀਆਂ ਪ੍ਰਵਾਨ ਹੁੰਦੀਆਂ ਸਵਾਲ ਇਸੇ ਦੀ ਕਰ ਰਹੇ ਹਾਂ ਬੈਂਸ ਸਾਹਿਬ ਤੁਸੀਂ ਮਿਸਟਰ ਸਿੱਧੂ ਬਾਰੇ ਕਹਿੰਦੇ ਹੋ ਐਰੇ ਗੈਰੇ ਦੀ ਥਾਂ ਨਥੂ ਖੇਰੇ ਨੂੰ ਪ੍ਰਧਾਨ ਥਾਪ ਦਿੱਤਾ ਕਿਉਂ ਕਹਿੰਦੇ ਹੋ ਤੁਸੀਂ ਤਾਂ ਸਪੋਰਟਸ ਲਵਰ ਰਹੇ ਹੋ ਕੰਟੈਕਸਟ ਸਪੋਰਟਸਮੈਨ ਸਪਿਰਟ ਦਿਖਾਉਣੀ ਚਾਹੀਦੀ ਸੀ ਉਹ ਸਪੋਰਟਸਮੈਨ ਜੇ ਜੇ ਤਾਂ ਸਪੋਰਟਸਮੈਨ ਦੀ ਹੀ ਗੱਲ ਕਰਨੀ ਹੁੰਦੀ ਜੋ ਸਪੋਰਟਸ ਦੇ ਫੀਲਡ ਦੇ ਵਿੱਚ ਸਿੱਧੂ ਦੀ ਰੇਟਿੰਗ ਕਰਨੀ ਹੁੰਦੀ ਤਾਂ ਫਿਰ ਮੈਂ ਹੋਰ ਤਰ੍ਹਾਂ ਕਰਦਾ ਹੂੰ ਹਾਲਾਂਕਿ ਮੇਰੀ ਉਹਨਾਂ ਬਾਰੇ ਓਪੀਨੀਅਨ ਜਿਹੜੀ ਐਸ ਐਸਪੋਰਟਸ ਪਰਸਨ ਵੀਡੀਓ ਓਪੀਨੀਅਨ ਆ ਕੋ ਉੱਡੀ ਹਾਈ ਨਹੀਂ ਹੈਗੀ ਜਿੱਦਾਂ ਕਿ ਆਪਣੇ ਆਪ ਨੂੰ ਪੇਸ਼ ਕਰਦੇ ਨੇ ਯੂ نو ਆਮ ਐਨ ਕਮੈਂਟੇਟਰ ਮੈਂ ਜ਼ਿੰਦਗੀ ਦੇ ਵੱਡੇ ਵੱਡੇ ਪਲੇਅਰ ਦੇਖੇ ਨੇ ਸੁਨੀਲ ਗਾਵਸਕਰ ਦੇ ਨਾਲ ਤਿੰਦੂਲਕਰ ਦੇ ਨਾਲ ਜਾਂ ਹੋਰ ਦਾ ਇਮਰਾਨ ਖਾਨ ਇਮਰਾਨ ਖਾਨ ਦੇ ਨਾਲ ਇਹ ਸਾਰਿਆਂ ਨਾਲ ਮੈਂ ਪਰਸਨਲੀ ਇਹਨਾਂ ਨਾਲ ਇੰਟਰੈਕਟ ਕੀਤਾ ਹੋਇਆ ਸਾਰਿਆਂ ਨੂੰ ਦੇਖਿਆ ਹੋਇਆ ਇਹਨਾਂ ਦੇ ਮੈਚਸ ਕਵਰ ਕੀਤੇ ਹੋਏ ਨੇ ਸੋ ਮੈਨੂੰ ਥੋੜੀ-ਬਹੁਤੀ ਨੋਲੇਜ ਹੈਗੀ ਹੈ ਇਸ ਗੱਲ ਦੀ ਸੋ ਐਸਪੋਰਟਸ ਪਰਸਨ ਮੈਂ ਸਮਝਦਾ ਹੀ ਇਜ਼ ਅ ਸਲਾਈਟਲੀ ਅਬੋਵ ਐਵਰੇਜ ਬੈਟਸਮੈਨ ਅਨ ਆਫ ਸਪਿੰਟ ਉਸਵਾ ਹੋਰ ਕੋਈ ਚੀਜ਼ ਦੇ ਚੰਗੀ ਖੇਡਦੇ ਨਹੀਂ ਸੀ ਆਈ ਥਿੰਕ ਇਵਨ ਯੂ نو ਤੁਸੀਂ ਮੁਰਲੀਤਨ ਦਾ ਜ਼ਿਕਰ ਕਰ ਰਹੇ ਹੋ ਜਿਹੜਾ ਕੋਟਲਾ ਦੇ ਵਿੱਚ 8 ਛੱਕੇ ਮਾਰੇ ਸੀ ਇਹਨਾਂ ਨੇ ਜਿਨੇ ਨਾਟ ਓਨਲੀ ਮੁਰਲੀਦਰ ਹਨ ਕਿਸੇ ਵੀ ਹੌਸਪੀਟਲ ਨੂੰ ਅੱਛਾ ਖੇਡਦੇ ਸੀਗੇ ਇਹ ਹੀ ਯੂਸ ਟੂ ਅਟੈਕ ਬਲਕੇ ਖਾਸ ਕਰਕੇ ਸੈਕੰਡ ਫੇਸ ਯਾਨੀ ਪਹਿਲੇ ਹੀ ਨਹੀਂ ਕਰਦੇ ਹੁੰਦੇ ਠੀਕ ਹੈ ਔਰ ਅੱਛਾ ਖੇਡਦੇ ਸੀ ਮੈਂ ਉਹ ਜਿਹੜੀ ਆਫ ਸਪਿੰਨ ਨੂੰ ਅੱਛਾ ਖੇਡਦੇ ਸੀ ਫਾਸਟ ਬੋਲਿੰਗ ਨੂੰ ਨਹੀਂ ਹਮ ਫਾਸਟ ਬੋਲਿੰਗ ਲਈ ਬਾਅਦ ਦੇ ਵਿੱਚ ਇਹ ਡਿਫੈਂਸਿਵ ਟੈਕਨਿਕ ਅੱਛੀ ਬਣਾ ਲਈ ਸੀ ਇਹਨਾਂ ਨੇ ਲੇਕਿਨ ਜਿਹੜਾ ਅਟੈਕ ਕਰਨ ਵਾਲ ਇਹ ਰਗਰ ਨਥੂ ਖਰਾਪਾ ਕਹਿੰਦੇ ਨੇ ਨਾ ਇਹਦਾ ਮਤਲਬ ਹੁੰਦਾ ਕਿ ਟੌਮ ਡਿਕਨ ਹੈਰੀ ਤੋਂ ਜੇ ਤੁਸੀਂ ਟੌਮ ਨੂੰ ਹਰਾ ਕੇ ਹਟਾ ਕੇ ਜਾਂ ਡਿਕਨ ਨੂੰ ਹਟਾ ਕੇ ਹੈਰੀ ਨੂੰ ਲਾਣਾ ਉਹ ਤਾਂ ਸਾਬਤ ਹੋ ਹੀ ਗਿਆ ਨਾ ਹੁਣ ਚਲੋ ਜਿਹੜੀ ਮੈਂ ਗੱਲ ਕਹੀ ਸੀ ਉਹ ਤਾਂ ਚਲੋ ਮੈਂ ਇਦਾਂ ਕਹੀ ਸੀ ਜੋ ਮੇਰੀ ਅਸੈਸਮੈਂਟ ਸੀ ਲੇਕਿਨ ਅਸੈਸਮੈਂਟ ਗਲਤ ਥੋੜੀ ਨਾ ਸਿੱਧ ਹੋਈ ਮੈਂ ਇੱਕ ਓਨੈਸਟ ਜਸ ਹਾਲ ਕਰਦਾ ਕਿ ਨਵਜੋਤ ਸਿੱਧੂ ਦਾ ਕਦ ਪ੍ਰਧਾਨ ਮੰਤ ਤੋਂ ਬਾਅਦ ਉੱਪਰ ਗਿਆ ਕਿ ਥੱਲੇ ਗਿਆ ਜੇ ਉੱਪਰ ਨਹੀਂ ਗਿਆ ਤੇ ਇਹਦਾ ਮਤਲਬ ਤੁਸੀਂ ਉਹ ਸੌਦੇ ਦੇ ਬਰਾਬਰ ਨਹੀਂ ਸੀਗੇ ਇਹ ਤਾਂ ਮਤਲਬ ਕਿਤੇ ਤੁਹਾਡੇ ਪਹਿਲਾਂ ਹੀ ਤੁਹਾਡੀ ਕਮਿਸੀ ਗਈ ਤੁਸੀਂ ਬਲਕਿ ਅਉਧੇ ਨੂੰ ਨੀਵਾ ਲੈ ਆਏ ਜੋ ਜਿਸ ਤਰ੍ਹਾਂ ਦੀਆਂ ਉਹਨੀਆਂ ਸਪੀਚਸ ਮੈਂ ਦੇਖ ਰਿਹਾ ਹਾਂ ਅੱਜਕੱਲ ਜੋ ਹਰਕਤਾਂ ਸਟੇਜ ਤੇ ਉਹ ਕਰ ਰਹੇ ਨੇ ਮੈਨੂੰ ਨਹੀਂ ਖਿਆਲ ਹੈ ਕਿ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਚਾਹੀਨ ਕਾਂਗਰਸ ਦੇ ਪ੍ਰਧਾਨ ਨੇ ਕਿਸੇ ਨੇ ਜਾਂ ਕਿਸੇ ਵੀ ਹੋਰ ਰਿਸਪਾਂਸਿਬਲ ਪਾਰਟੀ ਦੇ ਪ੍ਰਧਾਨ ਨੇ ਜਾਂ ਕਿਸੇ ਵੀ ਰਿਸਪਾਂਸਿਬਲ ਲੋਕਾਂ ਦੇ ਨੁਮਾਇੰਦੇ ਨੇ ਕਰੇ ਉਦਾਂ ਦਾ ਬਿਹੇਵੀਅਰ ਕੀਤਾ ਹੋਇਆ ਜੋ ਕਰਾਂ ਵਾਲਾ ਜਿਹੜਾ ਕਰ ਰਹੇ ਨੇ ਤੋ ਉਹ ਨਾ ਤੁਹਾਨੂੰ ਗੁੱਸਾ ਤਾਂ ਚੜਦਾ ਕਿ ਉਹ ਬਾਦਲ ਪਰਵਾਰ ਤੇ ਗੁੱਸਾ ਤਾਂ ਮੈਨੂੰ ਨਹੀਂ ਚੜਦਾ ਮੈਂ ਤਾਂ ਐਂਟਰਟੇਨ ਹੁੰਨਾ ਨਹੀਂ ਬਾਦਲ ਪਰਵਾਰ ਤੇ ਅਟੈਕ ਕਰਦੇ ਇਸ ਲਈ ਕੁਝ ਨਹੀਂ ਬਾਦਲ ਪਰਵਾਰ ਤੇ ਤਾਂ ਬਹੁਤ ਅਟੈਕ ਕਰਦੇ ਨੇ ਹਾਂ ਬਾਦਲ ਪਰਵਾਰ ਤੇ ਅਟੈਕ ਕਿਉਂ ਕਰਨਾ ਹੁੰਦਾ ਕਰਨਾ ਹੀ ਹੁੰਦਾ ਜਿੱਥੇ ਖਤਰਾ ਹੁੰਦਾ ਉੱਥੇ ਹੀ ਅਟੈਕ ਕੀਤਾ ਜਾਂਦਾ ਉਹ ਤਾਂ ਉਹਨਾਂ ਨੂੰ ਲੱਗਦਾ ਹੈ ਨਾ ਕਿ ਜੇ ਅਕਾਲੀ ਦਲ ਨੂੰ ਖਤਮ ਕਰਨਾ ਹੈ ਤਾਂ ਨਹੀਂ ਲੀਡਰਸ਼ਿਪ ਨੂੰ ਖਤਮ ਕਰੋ ਉਹਨਾਂ ਨੂੰ ਲੱਗਦਾ ਕਿ ਬਾਦਲ ਲੀਡਰ ਜਿਹੜੇ ਸਰਸਕੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਬਦਨਾਮ ਕਰੋ ਤਾਂ ਅਕਾਲੀ ਦਲ ਬਦਨਾਮ ਹੋ ਗਿਆ ਮੈਂ ਮੈਂ ਸਾਹਿਬ ਇੱਕ ਮੈਚ ਤੋਂ ਪਹਿਲਾਂ ਇੱਕ ਸਟਰੈਟਜੀ ਬਣਦੀ ਹੁੰਦੀ ਹੈ ਮੈਨੇਜਮੈਂਟ ਤੈਅ ਕਰਦੀ ਹੈ ਵੀ ਆਪਾਂ ਮੈਚ ਦੇ ਵਿੱਚ ਕਿਸ ਤਰੀਕੇ ਨਾਲ ਉਤਰਨਾ ਤੁਹਾਡੇ ਲਈ ਮੈਚ ਬਹੁਤ ਵੱਡਾ ਹੈ 2022 ਵਾਲਾ ਇਸ ਲਈ ਇੱਕ ਸਟਰੈਟਜੀ ਬਣੀ ਹੋਊਗੀ ਵੀ ਆਪਾਂ ਕਿਵੇਂ ਉਤਰਨਾ ਤੁਹਾਡੇ ਹਿਸਾਬ ਦੇ ਨਾਲ ਅਕਾਲੀ ਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਹਮਣੇ ਵਾਲਾ ਖਿਡਾਰੀ ਕਿਹੜਾ ਚਾਹੀਦਾ ਹੈ ਕਪਤਾਨ ਕਿਹੜਾ ਚਾਹੀਦਾ ਨਿਯੋਸੀ ਸਿੱਧੂ ਚਾਹੀਦਾ ਜਾਂ ਕੈਪਟਨ ਰਣ ਸਿੰਘ ਚਾਹੀਦਾ ਕੋਈ ਵੀ ਹੋਵੇ ਤੁਸੀਂ ਆਪਣੀ ਗੇਮ ਖੇਡਣੀ ਹੈ ਹਮ ਆਈ ਥਿੰਕ ਐਨੀ სპੋਰਟਸਮੈਨ ਹੀ ਸ਼ੁੱਡ ਸਟਿਕ ਟੂ ਹਿਸ ਗੇਮ ਹੀ ਸ਼ੁੱਡ ਪਲੇ ਔਰ ਟੂ ਹਿਸ ਸਟਰੈਂ ਨਾਟ ਟੂ ਦੀ ਆਪੋਨੈਂਟ ਸਟਰੈਂਥ ਆਪੋਨੈਂਟ ਹੋ ਸਕਦਾ ਆਫ ਸਪਿਨ ਜਿਆਦਾ ਅੱਛਾ ਖੇਲਦਾ ਹੋਵੇ ਲੇਕਿਨ ਤੁਸੀਂ ਫਾਸਟ ਬੋਲਰ ਅੱਛੇ ਹੋ ਤੁਸੀਂ ਆਫ ਸਪਿਨ ਥੋੜੇ ਨਾ ਦੇਣ ਜੇ ਮੰਨ ਲਓ ਦੀ ਬਹੁਤ ਵੀਕਨੈਸ ਬੈਂਸ ਆਪ ਆਪਾਂ ਆਪੋਨੈਂਟ ਦੀ ਸਟਰੈਂਥ ਤਾਂ ਦੇਖਦੇ ਨਾ ਆਪਾਂ ਦੇ ਵੀਡੀਓ ਵੀ ਦੇਖਦੇ ਆ ਪਾਈ ਉਹ ਬੋਲਦਾ ਕੀ ਪਿਆ ਦੇਖੋ ਮੈਂ ਉਹਦਾ ਫੁੱਟਵਰਕ ਕੀ ਹੈ ਕੀ ਕਰਦਾ ਮੈਂ ਦੱਸਦਾ ਨਾ ਮੰਨ ਲਓ ਕਿ ਕੋਈ ਪਲੇਅਰ ਆ ਸਿੱਧੂ ਸਾਹਿਬ ਨੇ ਫੋਰ ਐਗਜ਼ਾਮਪਲ ਇਹਨਾਂ ਦੀ ਫਾਸਟ ਬੋਲਿੰਗ ਵੀਕ ਹੈ ਲੇਕਿਨ ਮੈਂ ਹਰਪ੍ਰਮ ਸਿੰਘ ਆ ਤਾਂ ਮੈਂ ਫਾਸਟ ਬੋਲਿੰਗ ਛੋੜੇ ਨਾ ਕਰਨ ਲੱਗ ਪਾਂਗਾ ਕਿਉਂਕਿ ਇਹਦੀ ਫਾਸਟ ਬੋਲਿੰਗ ਤੇ ਵੀਕ ਨੇ ਮੈਂ ਤਾਂ ਮੈਡ ਹੌਸਪੀਟ ਨਹੀਂ ਕਰਾਂਗਾ ਆਪਦੀ ਸਟਰੈਂਥ ਤੇ ਜਾਊਂਗਾ ਮੈਂ ਤਾਂ ਆਪਣੀ ਸਟਰੈਂਥ ਤੇ ਜਾਊਂਗਾ ਨਾ ਸਾਡੀ ਸਟਰੈਂਥ ਤੇ ਇਹੀ ਕੀ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਟਰੈਂਥ ਕੀ ਰਹੀ ਹੈ ਤਿੰਨ ਚੀਜ਼ਾਂ ਰਹੀਆਂ ਨੇ ਮੇਰੇ ਹਿਸਾਬ ਦੇ ਨਾਲ ਇੱਕ ਤਾਂ ਪੰਜਾਬ ਦੀ ਆਇਡੈਂਟੀਟੀ ਦੇ ਨਾਲ ਜੁੜਨਾ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਦੂਜੀਆਂ ਪਾਰਟੀਆਂ ਬਾਹਰ ਹੋਣ ਨੇ ਸਾਨੂੰ ਸਾਨੂੰ ਪਤਾ ਹੈ ਅੱਜ ਵੀ ਪੰਜਾਬ ਦੀ ਪਾਰਟੀ ਇੱਕੋ ਹੀ ਹੈ ਸਿਰਫ ਜਿਹੜੀ ਮੇਨਸਟ੍ਰੀਮ ਪਾਰਟੀ ਇੱਕੋ ਹੀ ਹੈ ਆਮਾਰੀ ਪਾਰਟੀ ਵੀ ਸਮ ਸਭ ਨੂੰ ਪਤਾ ਹੈ ਅੱਜ ਪ੍ਰਧਾਨ ਲਾਣ ਲਈ ਵੀ ਇਹਨਾਂ ਨੂੰ ਦਿੱਲੀ ਤੇ ਡੇਰੇ ਲਾਣੇ ਪੈਂਦੇ ਨੇ ਮੁੱਖ ਮੰਤਰੀ ਦਾ ਚਿਹਰਾ ਦੇਣ ਲਈ ਵੀ ਦਿੱਲੀ ਹਾਊਸ ਹੁੰਦਾ ਹੈ ਕਿ ਪੰਜਾਬ ਦਾ ਚਿਹਰਾ ਸਿੱਖ ਚਿਹਰਾ ਹੋਏਗਾ ਜਿਹਦਾ ਸਿੱਖਾਂ ਦੇ ਉਹ ਆਸਾਨ ਕਰਨਾ ਹੋਏਗਾ ਤੁਸੀਂ ਇੱਦਾਂ ਕਿਉਂ ਨਹੀਂ ਕਹਿੰਦੇ ਕਿ ਜੋ ਪੰਜਾਬ ਦਾ ਸਭ ਤੋਂ ਪੌਪੂਲਰ ਚਿਹਰਾ ਹੋਏਗਾ ਉਹ ਜੋ ਸਭ ਤੋਂ ਕੰਪੀਟੈਂਟ ਚਿਹਰਾ ਹੋਏਗਾ ਉਹ ਪੰਜਾਬੀ ਚੁਣਨਗੇ ਸਿੱਖ ਚੁਣ ਲੈਣ ਤੁਸੀਂ ਅੱਜ ਵੀ ਆਪ ਜਨ ਨੂੰ ਪੰਜਾਬ ਦੀ ਪਾਰਟੀ ਕਹਿੰਦੇ ਹੋ ਖੇਤਰੀ ਧਿਰ ਕਹਿੰਦੇ ਹੋ ਪਰ ਫੈਡਰਲਿਜ਼ਮ ਤੁਸੀਂ ਛੱਡਤਾ ਤੁਸੀਂ ਫੈਡਰਲਿਜ਼ਮ ਦੀ ਗੱਲ ਨਹੀਂ ਕਰਦੇਗੇ ਨੇ ਕਿਦਾਂ ਕਿਦਾਂ ਨਹੀਂ ਕਰਦੇ ਆ ਥਰ ਤੁਸੀਂ ਸਾਡਾ ਜਿਹੜਾ ਤੁਸੀਂ ਲਾਸਟ ਮੈਨੀਫੈਸਟੋ ਆ ਜਿਹੜਾ ਹੁਣ ਅਗਲਾ ਵੀ ਆਏਗਾ ਤੁਸੀਂ ਦੇਖ ਲਓ ਸਭ ਤੋਂ ਪਹਿਲਾ ਸਭ ਤੋਂ ਉੱਪਰ ਜਿਹੜਾ ਕੰਮ ਹੋਏਗਾ ਉਹ ਸਟੇਟਾਂ ਦੇ ਵੱਧ ਅਧਿਕਾਰਾਂ ਦਾ ਹੀ ਹੋਏਗਾ which is federalism ਜੰਮੂ ਐਂਡ ਕਸ਼ਮੀਰ ਦਾ ਜਿਹੜਾ ਸਾਰਾ ਮੌਨ ਲਾ ਧਾਰਾ 370 ਦਾ ਅਕਾਲੀ ਦਲ ਨੇ ਗਲਤੀ ਕੀਤੀ ਉਸ ਨੂੰ 370 ਦਾ ਫੈਡਰਲਿਜ਼ਮ ਨਾਲ ਕੋਈ ਸੰਬੰਧ ਨਹੀਂ ਹੈ 370 ਇੱਕ ਸਪੈਸ਼ਲ ਪ੍ਰੋਵੀਜ਼ਨ ਸੀਗੀ ਉਸ ਸਟੇਟ ਲਈ ਜਿਹੜੀ ਸਿੱਖਾਂ ਨੂੰ ਹਰਟ ਕਰਦੀ ਹੈ 370 ਦੇ ਅੰਡਰ ਸਿੱਖਾਂ ਦੇ ਰਾਈਟਸ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਕਸ਼ਮੀਰ ਚ ਵਸੇ ਸੀ ਵੈਲੀ ਦੇ ਵਿੱਚ ਵਸੇ ਸੀ ਉਹਨਾਂ ਨੂੰ ਰਾਈਟ ਹੈ ਨਹੀਂ ਕਿ ਜਿਹੜੇ ਕਿ ਉੱਥੇ ਜਿਹੜੇ ਉੱਥੇ origignal ਮੁਸਲਮਾਨ ਪੋਪੂਲੇਸ਼ਨ ਉਹਨਾਂ ਨੂੰ ਤੁਸੀਂ ਸਹੀ ਕਿ ਅੱਛਾ 370 ਦਾ ਸਹੀ ਕਿ ਬਿਲਕੁਲ ਸਹੀ ਕੀਤਾ ਮੈਂ ਕਹਿੰਦਾ ਜੇ ਮੈਂ ਬਿਲਕੁਲ ਕਲੀਅਰنس ਗੱਲ ਬਾਰੇ ਹਾਂ ਕਿ 370 ਦਾ ਜਿੱਥੇ ਤੱਕ ਸਿੱਖਾਂ ਦਾ ਸੰਬੰਧ ਹੈ ਸਿੱਖਾਂ ਦੇ ਉਹ ਖਿਲਾਫ ਸੀ ਔਰ ਸਿੱਖਾਂ ਨੂੰ ਬਿਲਕੁਲ ਸੂਟ ਨਹੀਂ ਸੀ ਕਰਦੀ ਇਦਾਂ ਹੀ ਜਿਹੜੀ ਮੈਂ ਤੁਹਾਨੂੰ ਹੋਰ ਦੱਸਦਾ ਤੁਸੀਂ ਸਿੱਖਾਂ ਦੀ ਗੱਲ ਕਰ ਰਹੇ ਹੋ ਮੈਂ ਇਨਸਾਨੀਅਤ ਦੀ ਗੱਲ ਕਰ ਰਿਹਾ ਨਹੀਂ ਨਹੀਂ ਮੈਂ ਗੱਲ ਦੇਖੋ ਸਾਨੂੰ ਅਸੀਂ ਪੰਜਾਬੀਆਂ ਦਾ ਸੋਚਣਾ ਨਾ ਉਹ ਪੂਰੇ ਪੰਜਾਬੀਆਂ ਦੇ ਖਿਲਾਫ ਸੀ ਚਾਹੇ ਉਹ ਸੀ ਮੇਰਾ ਸਿੱਖ ਚਲੋ ਮੇਰਾ ਮੈਂ ਤਾਂ ਕਹਤਾ ਕਿ ਸਿੱਖਾਂ ਦੀ ਗੱਲ ਆਪਾਂ ਕਰ ਰਹੇ ਸੀਗੇ ਉਹ ਸਾਰੇ ਪੰਜਾਬੀਆਂ ਤੇ ਲਾਗੂ ਹੁੰਦੀ ਹੈ ਜਿਹੜੇ ਪੰਜਾਬੀ ਉੱਥੇ ਜਾ ਕੇ ਬਸੇ ਆ ਉਹਨਾਂ ਨੂੰ ਰਾਈਟ ਹੈ ਨਹੀਂਗੇ ਤੇ ਫਿਰ ਉਹਦਾ ਕੀ ਫਾਇਦਾ ਹੋਇਆ ਸਰ ਪੰਜਾਬ ਨੂੰ ਕੀ ਫਾਇਦਾ ਹੋਇਆ ਜਿਹੜਾ ਜੇ ਅਸੀਂ ਫੈਡਰਲਿਜ਼ਮ ਦੀ ਗੱਲ ਕਰਾਂਗੇ ਤਾਂ ਪੰਜਾਬ ਦੀ ਗੱਲ ਕਰਾਂਗੇ ਨਾ ਪਹਿਲਾਂ ਨਹੀਂ ਜੇ ਤੁਸੀਂ ਫੈਡਰਲਿਜ਼ਮ ਦੀ ਗੱਲ ਕਰਦੇ ਹੋ ਚੰਡੀਗੜ੍ਹ ਜਿਹ ਡੈਫੀਨਿਟਲੀ ਪਰ ਫੈਟਲਿਜ਼ਮ ਦਾ ਮੁੱਦਾ ਹੈ ਦੇਖੋ ਉਹਦੀ ਦੋ ਗੱਲ ਹੈ ਤੁਹਾਡੇ ਚੰਡੀਗੜ੍ਹ ਬਾਰੇ ਤੁਹਾਡੇ ਜਾਂ ਗੈਸਟ ਬਿਆਨ ਦਿੱਤਾ ਨਹੀਂ ਚੰਡੀਗੜ੍ਹ ਬਾਰੇ ਗੱਲ ਦੋ ਗੱਲਾਂ ਬਾਰੇ ਸਪਸ਼ਟ ਹੋ ਜਾਓ ਜਿਹੜੀਆਂ ਲੋਕੀ ਭੁੱਲ ਜਾਂਦੇ ਆ ਹਾਂ ਨੰਬਰ 1 ਚੰਡੀਗੜ੍ਹ ਬਾਰੇ ਇਹ ਰੌਲਾ ਕਦੇ ਨਹੀਂ ਰਿਹਾ ਕਿ ਇਹ ਪੰਜਾਬ ਦਾ ਹੈ ਕਿ ਨਹੀਂ ਚੰਡੀਗੜ੍ਹ ਬਾਰੇ ਇਹ ਇੰਦਰਾ ਗਾਂਧੀ ਵੀ ਮੰਨ ਕੇ ਗਈ ਕਿ ਇਹ ਪੰਜਾਬ ਨੂੰ ਜਾਏਗਾ ਠੀਕ ਹੈ ਨਾ ਸਿਰਫ ਰੌਲਾ ਕਿਸ ਗੱਲ ਦਾ ਰਿਹਾ ਕਿ ਇਹਦੇ ਬਦਲੇ ਚ ਕੀ ਜਣਾ ਇੰਦਰਾ ਗਾਂਧੀ ਕਹਿੰਦੀ ਸੀ ਕਿ ਫਾਜ਼ਿਲ ਕਾ ਬੋਧ ਦੇਣਾ ਉਹ ਤੋਂ ਬਾਅਦ ਜਦੋਂ ਰਜੀਵ ગાંધી ਨੇ ਪੰਜਾਬ ਰਿਕਾਰਡ ਕੀਤਾ ਉਹ ਤੋਂ ਬਾਅਦ ਹੈ ਜੀ ਹਿੰਦੀ ਸਪੀਕਿੰਗ ਏਰੀਆ ਦੇਣੇ ਆ ਹਿੰਦੀ ਸਪੀਕਿੰਗ ਏਰੀਆ ਤਿੰਨ ਕਮਿਸ਼ਨ ਬਣ ਗਏ ਇੱਕ ਕਮਿਸ਼ਨ ਹੈ ਖੀਰ ਦੇ ਵਿੱਚ ਤੁਹਾਨੂੰ ਯਾਦ ਹੋਣਾ 24 ਘੰਟਿਆਂ ਚ ਇਹ ਡਿਸੀਜਨ ਦੇ ਦਿੱਤਾ ਕਿ ਹਿੰਦੀ ਸਪੀਕਿੰਗ ਏਰੀਆ ਪੰਜਾਬ ਚ ਕੋਈ ਨਹੀਂ ਲੱਭਿਆ ਜਿਹੜਾ ਟਰਾਂਸਫਰ ਕੀਤਾ ਜਾ ਸਕੇ 70000 ਏਕੜ ਵੈਸੇ ਹੀ ਦੇ ਦਿਓ ਮਤਲਬ ਐਡਾ ਹਾਸੋ ਹੀਣਾ ਫੈਸਲਾ ਜਿਸ ਦਾ ਚੰਡੀਗੜ੍ਹ ਦੇ ਪੰਜਾਬ ਬਾਰੇ ਸਬੰਧ ਹੈ ਉਹ ਨਾਕਰੇਂਦਰ ગાંધી ਨੇ ਉਹਨੂੰ ਕੁਐਸਚਨ ਕੀਤਾ ਨਾਗਰੇ ਪਾਰਲੀਮੈਂਟ ਨੇ ਕੁਐਸਚਨ ਕੀਤਾ ਬਲਕਿ ਪਾਰਲੀਮੈਂਟ ਦੇ ਵਿੱਚ ਤਾਂ ਅਪਰੂਵ ਹੋਇਆ ਹੋਇਆ ਇਹ ਪੰਜਾਬ ਕਾਡ ਪ੍ਰੂਵ ਹੋਇਆ ਉੱਥੇ ਚੰਡੀਗੜ੍ਹ ਪੰਜਾਬ ਨੂੰ ਜਾਏਗਾ ਸੋ ਚੰਡੀਗੜ੍ਹ ਦਾ ਪੰਜਾਬ ਦਾ ਹੀ ਆ ਇਹ ਤੇ ਕੋਈ ਰੌਲਾ ਨਹੀਂਗਾ ਸਾਡਾ ਇੱਥੇ ਰੌਲਾ ਕੀ ਸੀਗਾ ਕਿ ਇੱਕ ਸਿੰਬਲਿਜ਼ਮ ਆ ਜਿਹੜੀ ਇਹ ਸਾਬਤ ਕਰ ਰਹੀ ਹੈ ਕਿ ਪੰਜਾਬ ਦਾ ਹੀ ਹੈ ਇਹ ਉਹ ਕੀ ਕਹਿੰਿਆ ਕਿ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਐਡਮਿਨਿਸਟਰेटर ਹੈ ਹਰਿਆਣੇ ਦਾ ਗਵਰਨਰ ਨਹੀਂ ਤੇ ਉਹਨਾਂ ਦਾ ਨਕਾਰਤਾ ਤੁਹਾਡੇ ਇਸ ਦਾਅਵੇ ਨੂੰ ਨੀ ਨੀ ਨਕਾਰਿਆ ਉਹਨਾਂ ਨੇ ਇਹ ਕਿਹਾ ਕਿ ਇਹ ਮਿਸ ਅੰਡਰਸਟੈਂਡਿੰਗ ਆ ਇਹਨੂੰ ਇਦਾਂ ਦਾ ਅਸੀਂ ਨਹੀਂ ਕਰਨ ਲੱਗੇ ਸਾਨੂੰ ਸਾਡੋ ਸਾਨੂੰ ਖਦਸ਼ਾ ਸੀਗਾ ਕਿ ਕਰ ਲੱਗੇ ਨੇ ਅਸੀਂ ਤਾਂ ਦੇਖੋ ਆਨੰਦਪੁਰ ਸਾਹਿਬ ਦਾ ਜਿਹੜਾ ਫੈਡਰਲਿਜ਼ਮ ਟੱਚ ਆਇਆ ਉਹਦੇ ਤੇ ਖੜੇ ਸੀ ਉਹਦੇ ਸਟੈਂਡ ਕਰਦੇ ਉਹਦੇ ਰੌਲਾ ਸੀ ਨਾ ਚਲੋ ਮੈਂ ਹੋਰ ਥੋੜਾ ਬ੍ਰੇਕ ਲਊਗਾ ਬ੍ਰੇਕ ਤੋਂ ਵਾਪਸ ਆਵਾਂਗੇ ਬੈਂਸ ਸਾਹਿਬ ਡ੍ਰੀਵਿੰਗ ਚੰਗੀ ਕਰ ਲੈਂਦੇ ਆ ਉਦੋਂ ਬਾਅਦ ਡੀ ਵਿੱਚ ਜਾਂਦੇ ਉਹਨਾਂ ਨੂੰ ਪਤਾ ਕਿਹੜੀ ਗੱਲ ਦਾ ਜਵਾਬ ਕਿੱਥੇ ਦੇਣਾ ਤੇ ਕਦੋਂ ਦੇਣਾ ਬਹੁਤ ਸਾਰੇ ਸਵਾਲ ਬੈਂਸ ਸਾਹਿਬ ਨੂੰ ਹੋਣਗੇ ਜ਼ਰੂਰ ਕਿਉਂਕਿ ਬੈਂਸ ਸਾਹਿਬ ਮੀਡੀਆ ਮੈਨੇਜਮੈਂਟ ਕਰਦੇ ਰਿਹਾ ਤੇ ਬੈਂਸ ਸਾਹਿਬ ਨੂੰ ਪਤਾ ਕਿ ਮੀਡੀਆ ਕਿਵੇਂ ਮੈਨੇਜ ਹੋ ਰਿਹਾ ਤੇ ਮੀਡੀਆ ਦੇ ਵਿੱਚ ਆਪਦੀ ਗੱਲ ਕਿਵੇਂ ਲੈ ਕੇ ਜਾਂਦੀ ਹੈ ਵਾਪਸ ਆ ਰਿਹਾ ਇੱਕ ਵੇ ਥੋੜਾ ਸ ਤੁਹਾਡਾ ਇਹਨਾਂ ਲੰਬਾ ਤਜਰਬਾ ਹੈ ਤੁਸੀਂ ਮਿਸਟਰ ਬਰਨਾਲਾ ਨਾਲ ਵੀ ਕੰਮ ਕੀਤਾ ਤੁਸੀਂ ਮਿਸਟਰ ਬਾਦਲ ਨਾਲ ਵੀ ਇਹਨਸਲ ਕੰਮ ਕੀਤਾ ਹੁਣ ਵੀ ਕਰ ਰਹੇ ਹੋ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਫਰਕ ਕੀ ਹੈ ਦੇਖੋ ਇਹ ਫਰਕ ਹੁੰਦਾ ਹੀ ਆ ਜਨਰੇਸ਼ਨਲ ਫਰਕ ਹੁੰਦੇ ਨੇ ਕਿਉਂਕਿ ਟਾਈਮ ਬਦਲਦੇ ਨੇ ਵੈਲਿਊਜ਼ ਬਦਲਦੀਆਂ ਨੇ ਅਪਰੋਚ ਬਦਲਦੀ ਹੈ ਲੋਕਾਂ ਦਾ ਜਿਹੜਾ ਜਿਹੜੀ ਅਪਰੋਚ ਟੂ ਲਾਈਫ ਬਦਲਦੀ ਹੈ ਉਹ ਉਹਨਾਂ ਫਰਕ ਹੁੰਦਾ ਹੀ ਆ ਬਾਦਲ ਸਾਹਿਬ ਜਿਹੜੇ ਨੇ ਉਹਨਾਂ ਦਾ ਜਿਹੜਾ ਸਟਾਈਲ ਹੈ ਉਹ ਟ੍ਰੈਡੀਸ਼ਨਲ ਸਟਾਈਲ ਆ ਯੂ نو ਔਰ ਉਹ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਜਿਹੜੇ ਸਾਡੇ ਸਾਡੇ ਬਜ਼ੁਰਗਾਂ ਦਾ ਸਟਾਈਲ ਜੋ ਮੇਰੇ ਫਾਦਰ ਸਾਹਿਬ ਦਾ ਤਾਂ ਮੇਰਾ ਫਰਕ ਆ ਉਹ ਹੀ ਫਰਕ ਸਰ ਸੁਖੀ ਸਿੰਘ ਬਾਦਲ ਦਾ ਤੇ ਸਰਪਕਾਰ ਸਿੰਘ ਬਾਦਲ ਦਾ ਵੀ ਹੈ ਕਿਉਂਕਿ ਉਹ ਬੇਸਿਕਲੀ ਕੋਈ ਫਰਕ ਨਹੀਂ ਹੁੰਦਾ ਹੈ ਲੇਕਿਨ ਕਾਸਮੈਟਿਕ ਡਿਫਰੈਂਸਸ ਹਰ ਇੱਕ ਵਿੱਚ ਆਉਂਦੇ ਨੇ ਉਹ ਫੋਰ ਐਗਜ਼ਾਮਪਲ ਸੁਖੀ ਸਿੰਘ ਬਾਦਲ ਜਿਨੇ ਐਗਰੈਸਿਵਲੀ ਇਹ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਉਸ ਅਗਰੈਸਿਵਲੀ ਨਹੀਂ ਸੀ ਕਰਦੇ ਹੁੰਦੇ ਲੇਕਿਨ ਉਹਨਾਂ ਦਾ ਥੋੜਾ ਥੋੜਾ ਫਰਕ ਪੈਂਦਾ ਟੈਕਨੋਲੋਜੀ ਦਾ ਯੂਜ਼ ਹੈ ਉਹ ਸੁਖਵੀਰ ਸਿੰਘ ਬਾਦਲ ਜ਼ਿਆਦਾ ਕਰਦੇ ਨੇ ਉਸ ਵੇਲੇ ਬਾਲ ਸਾਹਿਬ ਦੇ ਟਾਈਮ ਤੇ ਟੈਕਨੋਲੋਜੀ ਐਡੀ ਹੁੰਦੀ ਵੀ ਨਹੀਂ ਸੀ ਫਰੈਂਕਲੀ ਬਲਕਿ ਉਦੋਂ ਤਾਂ ਇਨਫਰਾਸਟ੍ਰਕਚਰ ਦਾ ਵੀ ਐਡਾ ਨਹੀਂ ਸੀ ਗੱਲ ਹੁੰਦੀ ਉਹ ਮੰਗ ਵੀ ਨਹੀਂ ਸੀ ਹੁੰਦੀ ਕਿ 4 6 4 ਸੜਕਾਂ ਬਣਾਓ ਚਾਹ ਫੁੱਲ ਲੇਨ ਜਾਂ 6 ਲੇਨ ਸੜਕਾਂ ਬਣਾਓ ਉਹ ਮੰਗ ਵੀ ਨਹੀਂ ਸੀ ਹੁੰਦੀ ਸੋ ਮਾਡਰਨਾਈਜ਼ ਜਿਹੜਾ ਵਿਜ਼ਨ ਆ ਉਹ ਮੈਂ ਸਮਝਦਾ ਬਲਕਿ ਮੈਂ ਕਹਿੰਦਾ ਸੁਖਵੀਰ ਸਿੰਘ ਬਾਦਲ ਇਜ਼ ਐਨ ਅਪਡੇਟਡ ਵਰਜ਼ਨ ਆਪਾਂ ਇਸ ਨੂੰ ਇਸ ਤਰੀਕੇ ਡਿਫਾਈਨ ਕਰ ਸਕਦੇ ਹਾਂ ਕਿ ਮਿਸਟਰ ਪ੍ਰਕਾਸ਼ ਸਿੰਘ ਬਾਦਲ ਗਰਾਊਂਡ ਦੇ ਆਗੂ ਰਏ ਆ ਤੇ ਮਿਸਟਰ ਸੁਖਵੀਰ ਸਿੰਘ ਬਾਦਲ ਗੂਗਲ ਵਾਲੇ ਆਗੂ ਮੇਰੇ ਖਿਆਲ ਜਿੰਨਾ ਟਾਈਮ ਸਾਰ ਸੁਖਵੀਰ ਸਿੰਘ ਬਾਦਲ ਲੋਕਾਂ ਚ ਵਿਚਰਦੇ ਵਿਚਾਰਦੇ ਆ ਪਬਲੀਕਲੀ ਲੋਕਾਂ ਦੇ ਸਾਹਮਣੇ ਅੱਜ ਵੀ 100 ਦਿਨ ਲਗਾਤਾਰ ਉਹਨਾਂ ਨੇ ਲੋਕਾਂ ਚ ਹੀ ਰਹਿਣਾ ਨਾ ਪੰਜਾਬ ਚ ਹੀ ਰਹਿਣਾ ਕੋਈ ਸਪੀਚਾਂ ਨਹੀਂ ਦੇਣੀਆਂ ਕੋਈ ਵੱਡੀਆਂ ਰੈਲੀਆਂ ਨਹੀਂ ਕਰ ਰਿਆ ਸੀ ਹੀ ਜਸਟ ਮੀਟਿੰਗ ਦਾ ਪੀਪਲ ਥੈਟ ਇਜ਼ ਹਿਸ ਸਟਾਈਲ ਅ ਸ਼ੁਰੂ ਤੁਸੀਂ ਜਦ ਜਦਦਾ ਵੀ ਤੁਸੀਂ ਦੇਖ ਲਓ ਇਹਨਾਂ ਨੂੰ ਇਹਨਾਂ ਦਾ ਸਟਾਈਲ ਕੀ ਰਿਹਾ ਹੈਗਾ ਦੋ ਦੋ ਇਹਨਾਂ ਦੀ ਮੈਂ ਸਮਝਦਾ ਵੀ ਦੋ ਇਹਨਾਂ ਦੀਆਂ ਜਿਹੜੀਆਂ ਮੇਨ ਹਾਈਲਾਈਟਸ ਇਹਨਾਂ ਦੇ ਸਟਾਈਲ ਦੀਆਂ ਵਨ ਹੀ ਇਜ਼ ਤੁਸੀਂ ਉਹਨਾਂ ਨੂੰ ਮਿਲ ਲਓ ਕੋਈ ਕੋਈ ਸਧਾਰਨ ਬੰਦਾ ਮਿਲ ਲੈ ਬਾਹ ਫਟ ਕੇ ਖੜ ਜਾਏ ਬੈਸ ਕਰ ਲੈਣਗੇ ਉਹਨਾਂ ਨਹੀਂ ਨਹੀਂ ਇਹ ਠੀਕ ਨਹੀਂ ਐਦਾਂ ਨਹੀਂ ਐਦਾਂ ਨਹੀਂ ਐਦਾਂ ਨਹੀਂ ਲੇਕਿਨ ਹੀ ਵਿਲ ਨੈਵਰ ਗੋ ਅਵੇ ਇਹ ਕਦੇ ਨਹੀਂ ਕਹਾਂਗੇ ਨਹੀਂ ਮੈਂ ਗੱਲ ਨਹੀਂ ਕਰਨੀ ਇੱਕ ਚੀਜ਼ ਦੂਜੀ ਚੀਜ਼ 댓 ਮੀਨਸ ਹੀ ਇਜ਼ ਸੋ ਸੋ ਇਨਫੋਰਮਲ ਵਿਦ ਪੀਪਲ ਬਲਕਿ ਮੈਂ ਸਮਝਦਾ ਵੱਡੇ ਬਾਦ ਸਾਹਿਬ ਨੂੰ ਤਾਂ ਲੋਕੀ ਕਈ ਵਾਰੀ ਇੰਨਾ ਮਿਲੋਣਾ ਰਿਗਾਰਡ ਹੀ ਇੰਨਾ ਕਰਦੇ ਸੀ ਵੀ ਉਹਨਾਂ ਦੇ ਇੰਨੇ ਨੇੜੇ ਨਹੀਂ ਸੀ ਜਾਂਦੇ ਜਿਨ੍ਹਾਂ ਸੁਖਵੀਰ ਸਿੰਘ ਬਾਦਲੀ ਤਾਂ ਬਾਹ ਹੀ ਫੜ ਲੈਂਦੇ ਜਿੜੀ ਕਿ ਵੱਡੇ ਬਾਦ ਸਾਹਿਬ ਦੀ ਬਾਹ ਕੋਈ ਨਹੀਂ ਸੀ ਫੜਿਆ ਕਰਦਾ ਉਹਨਾਂ ਦਾ ਰਿਗਾਰਡ ਦੇ ਨਾਲ ਹੀ ਦੂਰੇ ਬਾਦ ਸਾਹਿਬਾ ਕੰਮ ਕਰਦੇ ਹੋ ਬਾਦ ਸਾਹਿਬ ਨੇ ਹਾਂ ਬੇਟਾ ਕਰਦਾਂਗੇ ਤੋ ਇੱਕ ਇੱਕ ਤਰ੍ਹਾਂ ਨਾਲ ਉਹ ਹੋਰ ਸਟਾਈਲ ਸੀਗਾ ਇਹਨਾਂ ਦਾ ਸਟਾਈਲ ਥੋੜਾ ਡਿਫਰੈਂਟ ਐਂਡ ਦਾ ਸਟਾਈਲ ਮੋਰ ਇਨਫੋਰਮਲ ਇੱਕ ਚੀਜ਼ ਦੂਜੀ ਚੀਜ਼ ਜਿਹੜੀ ਹੈ ਹੀ ਇਜ਼ FAR MORE AGGRESSIVELY ਇਨਟੂ ਇਨਟੂ ਕੀ ਕਹਿੰਸ ਨੇ ਮਾਸ ਕੰਟੈਕਟ ਦੈਨ ਇਵਨ ਬਾਲ ਸਾਹਿਬ ਹਾਲਾਂਕਿ ਬਾਲ ਸਾਹਿਬ ਤੋਂ ਵੱਡਾ ਕੋਈ ਨਹੀਂ ਹੋਇਆ ਮਾਸ ਕੰਟੈਕਟ ਦੇ ਵਿੱਚ ਪੰਜਾਬ ਦੇ ਵਿੱਚ ਲੇਕਿਨ ਆ ਪਿਛਲੇ ਸਮੇਂ ਤੋਂ ਇਹ ਜੋ ਦੇਖ ਰਹੇ ਆ ਜਿਸ ਅਗਰੈਸ਼ਨ ਦੇ ਨਾਲ ਲੋਕਾਂ ਜਾ ਰਹੇ ਨੇ ਇਹ ਮਤਲਬ ਅਗਰੈਸਿਵਿਟੀ ਸਟਾਈਲ ਨਾਲ ਜਿਸ ਜਿਸ ਜੋਰ ਨਾਲ ਜਾ ਰਹੇ ਆ ਮਤਲਬ ਇਹ ਨਹੀਂ ਵੀ ਲੋਕਾਂ ਨੇ ਅਗਰੈਸ਼ਨ ਮਤਲਬ ਆਪਣੇ ਸਟਾਈਲ ਜੋ ਅਗਰੈਸ਼ਨ ਇਹਨਾਂ ਦੇ ਜੋ ਸਟਾਈਲ ਜੋ ਜੋਰ ਹੈ ਉਹ ਮੈਂ ਹੋਰ ਕਿਸੇ ਲੀਡਰ ਦੇਖ ਲਿਆ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜਿਸ ਨੇ ਇਨਹੈਰਿਟਡ ਇਹ ਉਹਨਾਂ ਨੇ ਵੱਡੇ ਵਾਲ ਸਾਹਿਬ ਤੋਂ ਇਨਹੈਰਿਟ ਕੀਤਾ ਕਿ ਜਿਹੜਾ ਉਹਨਾਂ ਦਾ ਬੇਸਿਕ ਸਟਾਈਲ ਹੈ ਵੱਡੇ ਵਾਲ ਸਾਹਿਬ ਦਾ ਇੱਕ ਦੇਖੋ ਖਾਸ ਗੱਲ ਰਹੀ ਹੈ ਕਿ ਜਦੋਂ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕ੍ਰਾਈਸਿਸ ਆਇਆ ਉਹਨਾਂ ਨੇ ਕਦੇ ਕੋਈ ਸਕੀਮਿੰਗ ਨਹੀਂ ਕੀਤੀ ਕੋਈ ਪਲੈਨਿੰਗ ਨਹੀਂ ਕੀਤੀ ਕੁਛ ਨਹੀਂ ਕੀਤਾ ਹੀ ਵੈਂਟ ਬੈਕ ਟੂ ਦਾ ਪੀਪਲ ਉਹ ਸਿੱਧੇ ਲੋਕਾਂ ਕੋਲ ਚਲੇ ਗਏ ਬਈ ਪਿੰਡ 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 ਉਹ ਹੀ ਸਟਾਈਲ ਜਿਹੜਾ ਸਕੀਮਿੰਗ ਵਾਲ ਦਾ ਦੇਖ ਰਹੇ ਹੋ ਜੀ ਅੱਜ ਉਹਨੂੰ ਲੱਗਾ ਕਿ ਮੈਂ ਜਿਹੜਾ ਆਪਣੀ ਗੱਲ ਲੋਕਾਂ ਕੋਲ ਕਰਨੀ ਆ ਤਾਂ ਉਹਨੇ ਸਿੱਧਾ ਅਨਾਉਂਸ ਕਰਤਾ ਮੈਂ 100 ਦਿਨ ਲੋਕਾਂ 'ਚ ਹੀ ਰਹੂੰਗਾ ਯੂ نو ਹੋਰ ਕਿਹੜਾ ਲੀਡਰ ਕਰੂਗਾ ਇਹਦਾ ਨਹੀਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਮਾਸਸ ਦਾ ਲੀਡਰ ਕਹਿ ਰਹੇ ਹੋ ਤੇ ਸੁਖਵੀਰ ਸਿੰਘ ਬਾਦਲ ਨੂੰ ਲੋਕ ਬਿਜ਼ਨਸਮੈਨ ਕਹਿੰਦੇ ਆ ਬਿਜ਼ਨਸਮੈਨ ਇਸ ਕਰਕੇ ਕਹਿੰਦੇ ਨੇ ਕਿ ਕਿਉਂਕਿ ਇਹਨਾਂ ਦਾ ਬਿਜ਼ਨਸ ਹੈਗਾ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਇਹਨਾਂ ਦੀ ਪੋਜ਼ਿਟਿਵ ਗੱਲ ਬਿਜ਼ਨਸ ਵਾਲੇ ਦੱਸਾਂ ਜਿਹੜੀ ਕਿ ਲੋਕਾਂ ਨੂੰ ਪਤਾ ਨਹੀਂ ਸ਼ਾਇਦ ਸੁਖਵੀਰ ਸਿੰਘ ਬਾਦਲ ਹਿੰਦੁਸਤਾਨ ਦਾ ਇਕੱਲਾ ਇਕੱਲਾ ਲੀਡਰ ਹੈ ਜਿਹੜਾ ਕਿ ਜਿਹੜਾ ਵੀ ਬਿਜ਼ਨਸ ਕਰਦਾ ਆਪਣੇ ਨਾਂ ਤੇ ਕਰਦਾ ਲੋਕੀ ਬਨਾਵੀਆਂ ਦੇ ਕਰਦੇ ਨੇ ਕੋਈ ਆਪਣਾ ਬਿਜ਼ਨਸ ਸ਼ੋਅ ਨਹੀਂ ਕਰਦਾ ਸੁਵੀਰ ਸਿੰਘ ਬਾਦਲ ਕੱਲਾ ਬੰਦਾ ਜੋ ਕਰਦਾ ਹਿੱਕ ਢਾਹ ਕੇ ਕਹਿੰਦਾ ਮੈਂ ਆ ਕਰ ਰਿਹਾ ਔਰ ਮੈਂ ਲੀਗਲੀ ਕਰ ਰਿਹਾ ਮੈਂ ਅਪਰੰਟ ਕਰ ਰਿਹਾ ਮੇਰੇ ਇਥੋਂ ਬੈਂਕ ਚੋਂ ਲੋਨ ਲੈ ਰਿਹਾ ਇਥੋਂ ਜਿਹੜਾ ਬੰਦਾ ਜੋ ਕੁਛ ਵੀ ਹੈਗਾ ਆਰਟੀਆਈ ਰਾਹੀਂ ਮੈਨੂੰ ਐਕਸੈਸ ਕੀਤਾ ਜਾ ਰਿਹਾ ਦੇਖਿਆ ਜਾ ਰਿਹਾਦਾ ਕਿ ਮੈਂ ਕੀ ਕਰ ਰਿਹਾ ਔਰ ਉੱਚ ਕੀ ਠੀਕ ਹੈ ਕੀ ਗਲਤ ਹੈ ਕੋਈ ਬੰਦਾ ਵੀ ਤੁਸੀਂ ਆਰਟੀਆਈ ਪਾ ਕੇ ਦੇਖ ਲਓ ਜਿਸ ਜਿਸ ਬਿਜ਼ਨਸ ਵੀ ਪਾ ਕੇ ਦੇਖਣਾ ਦੇਖ ਲਓ ਪਤਾ ਲੱਗ ਜਾਏਗਾ ਕਿ ਕੀ ਕਰ ਰਿਹਾ ਸੋ ਦੈਟ ਮੀਨ ਕੋਈ ਬਿਜ਼ਨਸ ਐਸਾ ਨਹੀਂ ਕੋਈ ਕੋਈ ਬੰਦਾ ਇਲਜ਼ਾਮ ਵੀ ਨਹੀਂ ਲਾਂਦਾ ਕਿ ਸੁਖਵੀਰ ਦਾ ਫਲਾਣਾ ਬਿਜ਼ਨਸ ਆ ਆਪਣੇ ਨਾਂ ਤੇ ਨਹੀਂ ਕਰ ਰਿਹਾ ਜੋ ਕੁਛ ਕਰ ਰਿਹਾ ਆਪਣੇ ਨਾਂ ਤੇ ਕਰ ਰਿਹਾ ਵਿਚ ਇਜ਼ ਅ ਗੁੱਡ ਥਿੰਗ ਇੱਕ ਤੁਹਾਡੀ ਸਰਕਾਰ ਵੱਲੇ 1 ਤੁਹਾਡੀ ਸਰਕਾਰ ਤੇ ਇਲਜ਼ਾਮ ਲੱਗਦੇ ਰਿਹਾ ਕਿ ਮਾਫੀਆ ਰਾਜਾ ਹੁਣ ਵਾਲੀ ਸਰਕਾਰ ਤੇ ਵੀ ਇਲਜ਼ਾਮ ਲੱਗਦੇ ਪੇ ਮਾਫੀਆ ਰਾਜਾ ਇਹ ਇਲਜ਼ਾਮਾਂ ਵਿੱਚ ਕੋਈ ਸੱਚਾਈ ਹੈ ਜਾਂ ਤੁਹਾਨੂੰ ਦੋਨਾਂ ਨੂੰ ਐਵੇਂ ਹੀ ਕਿਹਾ ਜਾ ਰਿਹਾ ਦੇਖੋ ਮੈਨੂੰ ਮੈਂ ਇਕੱਲਾ ਆਪਣੀ ਗੱਲ ਕਰ ਰਹਾ ਸਾਡੇ ਵੇਲੇ ਕੋਈ ਦੱਸਦਾ ਵਿਦ ਐਵਿਡੈਂਸ ਹੈ ਮੈਂ ਇਲਜ਼ਾਮ ਲਾਣਾ ਤਾਂ ਕਰ ਉਹ ਤਾਂ ਮੈਂ ਲਾ ਦਿੰਨਾ ਕੋਈ ਰੌਲਾ ਨਹੀਂ ਵਿਦ ਐਵਿਡੈਂਸ ਕਿ ਫਲਾਣਾ ਮਾਫੀਆ ਸੀ ਜਿਹਨੂੰ ਅਸੀਂ ਪੈਟਰਨਾਈਜ਼ ਕਰਦੇ ਸੀ ਜਿਸ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਕੋਈ ਦੱਸ ਦੇ ਔਰ ਕੋਈ ਲੋਕਾਂ ਨੇ ਕਦੇ ਸਾਡੇ ਖਿਲਾਫ ਰੋਲਾ ਪਾਇਆ ਹੋਵੇ ਕਦੇ ਸਾਡੇ ਖਿਲਾਫ ਕੋਈ ਇਹ ਇਸ ਤਰ੍ਹਾਂ ਦੀ ਕੋਈ ਪਬਲਿਕ ਆਵਾਜ਼ ਉੱਠੀ ਹੋਵੇ ਵੀ ਜੀ ਇਹ ਮਾਫੀਆ ਰਾਜ ਬੰਦ ਕਰੋ ਜੀ ਆਹ ਕਰੋ ਜੀ ਉਹ ਕਰੋ ਜੀ ਸਾਡੇ ਖਿਲਾਫ ਗੱਲੀ ਕੁਠੀ ਜਿਹੜੀ ਕਿ ਜਿਹੜਾ ਸਾਡੇ ਤੇ ਮਤ ਸ਼ੁਰੂ ਚ ਇਹ ਗੱਲ ਦਸੀ ਹੈ ਜਿਹੜਾ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਗਿਆ ਬਸ ਉਸ ਤੋਂ ਬਾਅਦ ਸਾਡੇ ਖਿਲਾਫ ਗੱਲ ਹੀ ਕੋਈ ਨਹੀਂ ਹੋਈ ਅੱਜ ਵੀ ਕੋਈ ਪੰਜਾਬੀ ਇਹ ਨਹੀਂ ਕਹਿੰਦਾ ਕਿ ਕਾਲੀ ਸਰਕਾਰ ਨੇ ਕੰਮ ਨਹੀਂ ਕੀਤੇ ਕੋਈ ਨਹੀਂ ਇਹ ਗੱਲ ਕਹਿੰਦਾ ਕੋਈ ਨਹੀਂ ਇਹ ਕਹਿੰਦਾ ਇਹਨਾਂ ਨੇ ਸਹੂਲਤਾਂ ਨਹੀਂ ਦਿੱਤੀਆਂ ਕੋਈ ਨਹੀਂ ਕਹਿੰਦਾ ਇਹਨਾਂ ਨੇ EMPLOYEES ਦਾ ਧਿਆਨ ਨਹੀਂ ਰੱਖਿਆ ਕੋਈ ਨਹੀਂ ਇਹ ਕਹਿੰਦਾ STUDENTS ਦਾ ਨਹੀਂ ਕੋਈ ਨਹੀਂ ਕਹਿੰਦਾ ਇਹਨਾਂ ਨੇ ਬਿਜਲੀ ਨਹੀਂ ਦਿੱਤੀ ਕੋਈ ਨਹੀਂ ਕਹਿੰਦਾ ਕਿ ਇਹਨਾਂ ਨੇ ਫ੍ਰੀ ਪਾਵਰ ਲਈ ਬੈਲਿਸਮ ਹੋ ਤੱਕ ਕਹਿੰਦੇ ਆ ਸੌਰੀ ਬਿਜਲੀ ਸਮਝੋ ਤੱਕ ਲੋਕ ਕਹਿੰਦੇ ਜਿਹਾ ਹੀ ਡਟ ਕੇ ਕਹਿ ਰਹੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਗਲਤ ਹੈ ਤੇ ਇਹਨਾਂ ਨੂੰ ਕੈਨਸਲ ਕਰੋ ਕੈਨਸਲ ਕਰਕੇ ਤੋਂ ਬੈਟਰ ਲੈ ਕੇ ਆਓ ਜੇ ਤੁਹਾਨੂੰ ਤੋਂ ਤੁਸੀਂ ਇਹ ਤੋਂ ਬੈਟਰ ਨਹੀਂ ਲਿਆ ਪਾ ਰਹੇ ਧਰਮੀ ਦੇ ਅਸੀਂ ਜੋ ਕੀਤਾ ਠੀਕ ਕੀਤਾ ਮਾਫੀ ਆ ਰਾਜ ਤੁਹਾਡੇ ਵੱਲੇ ਨਹੀਂ ਸੀਗਾ ਸੌਰੀ ਮਾਫੀ ਆ ਰਾਜ ਤੁਹਾਡੇ ਵੱਲੇ ਨਹੀਂ ਸੀਗਾ ਸਾਡੇ ਤੇ ਤਾਂ ਇਲਜ਼ਾਮ ਵੀ ਨਹੀਂ ਲੱਗਿਆ ਕਦੇ ਸਾਡੇ ਤੇ ਇਲਜ਼ਾਮ ਦੇਖੋ ਆਮ ਆਦੀ ਪਾਰਟੀ ਲਾ ਰਹੀ ਆ ਆਮ ਆਰਵੀ ਪਾਰਟੀ ਦੀ ਕਾਂਗਰਸ ਆਮ ਆਰਵੀ ਪਾਰਟੀ ਦੇ ਅਖਲੀ ਇੱਕ ਦੂਜੇ ਤੇ ਜੋ ਇਲਜ਼ਾਮ ਲਾ ਰਹੇ ਉਹਨਾਂ ਨੂੰ ਕੈਨਸਲ ਕਰ ਦਿਆ ਕਰੋ ਤੁਸੀਂ ਇਹ ਦੱਸਿਆ ਕਰੋ ਕਿ ਲੋਕੀ ਕੀ ਕਹਿ ਰਿਹਾ ਕਿ ਲੋਕਾਂ ਨੇ ਸਾਡੇ ਤੁਹਾਡੇ ਟਾਈਮ ਤੇ ਸਾਨੂੰ ਇਸ ਕਰਕੇ ਵੋਟ ਨਹੀਂ ਪਾਈ ਪੇ mafiya raja ਸਾਡੇ ਵੋਟ ਇੱਕੋ ਹੀ ਕਰਕੇ ਨਹੀਂ ਸਾਨੂੰ ਪਈ ਵੇ ਸਾਡੇ ਤੇ ਇਲਜ਼ਾਮ ਗਲਤ ਲੱਗ ਗਿਆ ਪਰ ਉਸ ਗੱਲ ਨੂੰ ਮੈਂ ਲੋਕਾਂ ਨੂੰ ਨਹੀਂ ਦੱਸ ਸਕਿਆ ਕਿ ਇਹ ਗੱਲ ਇਹ ਐ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਤੁਸੀਂ ਲੋਕਾਂ ਤੱਕ ਨਹੀਂ ਬਚਾ ਸਕਦੇ ਤੁਸੀਂ ਇਹ ਜ਼ਿੰਮੇਵਾਰੀ ਸਾਰੀ ਲੈ ਰਹੇ ਹੋ ਮੇਰਾ ਸਵਾਲ ਹੈ ਜਿੰਨਾ ਰੈਵਨਿਊ ਕਲੈਕਟ ਹੁੰਦਾ ਹੈ ਸੂਬਾ ਸਰਕਾਰ ਕੋਲੇ ਤੁਸੀਂ ਉਹਦੇ ਸਾਰੇ ਹਾਲਾਤ ਦੇਖਿਆ ਮਨਪੀ ਬਾਦਲ ਹਰਾਂ ਦੇ ਬੜੇ ਨੇੜੇ ਰਹੇ ਹੋ ਤੁਸੀਂ ਮੈਂ ਜਿੰਨਾ ਤੁਹਾਨੂੰ ਸਮਝਦਾ ਜਾਂਦਾ ਜਿੰਨਾ ਰੈਵਨਿਊ ਕਲੈਕਟ ਹੁੰਦਾ ਉਹ ਚ ਕਾਮਨ ਮੈਨ ਲਈ ਕਿੰਨਾ ਹਿੱਸਾ ਵਰਤਿਆ ਜਾਂਦਾ ਕਦੇ ਇਸ ਦੀ ਕੈਲਕੂਲੇਸ਼ਨ ਕੀਤੀ ਤੁਸੀਂ ਮੈਂ ਦੱਸਦਾ ਨਹੀਂ ਹਾਂ ਜਿਹੜਾ ਅਸੀਂ ਆਟਾ ਦਾਲ ਦਿੰਦੇ ਸੀ ਉਹ ਕਾਮਨ ਮੈਨ ਲਈ ਸੀ ਜਿਹੜਾ ਸੀ ਫ੍ਰੀ ਪਾਵਰ ਫਾਰਮਰਸ ਨੂੰ ਦਿੰਦੇ ਸੀ ਉਹ ਕਾਮਨ ਮੈਨ ਲਈ ਸੀ ਜਿਹੜਾ ਸੀ 200 ਯੂਨਿਟ ਬਿਜਲੀ ਦੇ ਉੱਤੇ ਦਿੰਦੇ ਸੀ ਉਹ ਕਾਮਨ ਮੈਨ ਲਈ ਸੀ ਜੋ ਸੀ ਬੜਾਪਾ ਪੈਨਸ਼ਨ ਦਿੰਦੇ ਸੀ ਉਹ ਕਾਮਨ ਮੈਨ ਲਈ ਸੀ ਕਿੰਨੀਆਂ ਗੜਾ ਦਾ ਪਰਸੈਂਟੇਜ ਦੱਸ ਸਕਦੇ ਹਾਂ ਕਿੰਨਾ ਰੈਵਨਿਊ ਦਾ ਕਿੰਨਾ ਹਿੱਸਾ ਦਿਖੋ ਮੈਂ ਤਾਂ ਮੈਂ ਹੁਣ ਕੈਲਕੂਲੇਟ ਨਹੀਂ ਕਰਕੇ ਲੈ ਕੇ ਆਇਆ ਅੰਦਾਜ਼ਾ ਕੋਈ ਕਿਉਂਕਿ ਤੁਸੀਂ ਕਿਉਂਕਿ ਤੁਸੀਂ ਜਦੋਂ ਪਾਲਿਸੀ ਸਬੰਧੀਆਂ ਬੈਂਸ ਸਾਹਿਬ ਉਦੋਂ ਤੁਹਾਡਾ ਬਹੁਤ ਐਕਟਿਵਲੀ ਨਾ ਏਕਚੁਅਲੀ ਪਾਰਟਿਸਪੇਸ਼ਨ ਹੁੰਦੀ ਤੁਹਾਡੀ ਮੈਂ ਤਾਂ ਪੁੱਛਣਾ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਸਾਡੇ ਟਾਈਮ ਦੇ ਖਰਚੇ ਦੇਖ ਲਓ ਕਿੱਥੇ ਹੋਏ ਆ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਕਿ ਅ ਅੱਲਾ ਤੁਹਾਨੂੰ ਹੋਰ ਗੱਲ ਦੱਸਾਂ ਮੈਂ ਸਾਡੀ ਇੱਕੋ ਇੱਕ ਸਰਕਾਰ ਸੀ ਜਿਹਨੇ ਪੰਜਾਬ ਦੀ ਡਿਵੈਲਪਮੈਂਟ ਕੀਤੀ ਔਰ ਲੋਕਾਂ ਦਾ ਪੈਸਾ ਨਹੀਂ ਲਵਾਇਆ 에ਅਰਪੋਰਟ ਬਣਾਈ ਅੰਦਾ ਵੈਸਾ ਹਰਿਆਣੇ ਦਾ ਲਵਾਇਆ ਫਾਇਦਾ ਸਾਰਾ ਪੰਜਾਬ ਨੂੰ ਸੜਕਾਂ ਬਣਵਾਈਆਂ ਪ੍ਰਾਈਵੇਟਲੀ ਬਣਵਾਈਆਂ ਥਰਮਲ ਪਲਾਂਟ ਲੈ ਕੇ ਆਏ ਅੱਜ ਵੀ ਆਪਾਂ ਚਾਹੀਏ ਨਾ ਥਰਮਲ ਪਲਾਂਟ ਆਪ ਜਿਹੜਾ ਹੈਗਾ ਪਏ ਆਪਾਂ ਇਹਨਾਂ ਤੋਂ ਬਿਜਲੀ ਨਹੀਂ ਲੈਣੀ ਤਾਂ ਆਪਣੇ ਕੋਲ ਰਾਈਟ ਹੈਗਾ ਆ ਲੇਕਿਨ ਉਹਨਾਂ ਕੋਲ ਰਾਈਟ ਹੈ ਨਹੀਂ ਪਏ ਬਿਜਲੀ ਕਿਸੇ ਹੋਰ ਨੂੰ ਵੇਚ ਸਕਣ ਅਸੀਂ ਇਦਾਂ ਦੀਆਂ ਪਾਲਿਸੀਆਂ ਲੈ ਕੇ ਆਏ ਪ੍ਰਾਈਵੇਟ ਇਨਵੈਸਟਮੈਂਟ ਕਰਵਾਣੀ ਹੁੰਦੀ ਹੈ ਟੂ ਦੀ ਬੈਨੀਫਿਟ ਆਫ ਦਾ ਕਾਮਨ ਮੈਨ ਉਹ ਅਸੀਂ ਕਰਵਾ ਕੇ ਦਿਖਾਈ ਕੋਈ ਬੰਦਾ ਕਹ ਰਿਹਾ ਪੇ ਜਿਹੜੀ ਮੇਰੇ ਖਿਆਲ 1200 ਕਰੋੜ ਰੁਪਏ ਲੱਗਾ ਤੇ 에어ਪੋਰਟ ਦੇ ਉੱਤੇ ਉਹਦਾ ਇੱਕ ਨਵਾਂ ਵੈਸਾ ਵੀ ਟੈਕਸ ਲਾਇਆ ਹੋਵੇ ਇੱਕ ਨਵਾਂ ਪੈਸਾ ਵੀ ਜਾ ਕਿਸੇ ਪੰਜਾਬ ਦੇ ਬੰਦੇ ਨੂੰ ਉੱਥੇ ਜਾ ਕੇ ਜਿਆਦਾ ਪੈਸੇ ਦਿੰਦੇ ਪਾਣ ਜਿੰਨੇ ਪੈਂਦੇ ਹੁਣ ਉਹਨੇ ਪੈਸੇ ਦੇਣੇ ਪੈਂਦੇ ਜਿੰਨਾ ਹਰਿਆਣਾ ਵਾਲੋਂ ਦੇਣੇ ਪੈਂਦੇ ਬੈਂਸਰ ਤੁਹਾਡੇ ਵੇਲੇ ਵੀ ਖਜ਼ਾਨਾ ਮੰਤਰੀ ਉਹੀ ਸੀਗੇ ਤੇ ਹੁਣ ਹੁਣ ਵੀ ਖਜ਼ਾਨਾ ਮੰਤਰੀ ਹੋ ਨਹੀਂ ਸਾਡੇ ਵੇਲੇ ਤਾਂ ਹੋ ਰਹੇ ਨਹੀਂ ਨਾ ਸਾਡੇ ਵੇਲੇ ਤਾਂ ਦੇਖੋ ਸਿੱਧੀ ਗੱਲ ਸਾਡੇ ਨਾਲ ਉਹਦੀ ਕਲੈਸ਼ ਰਹੀ ਸ਼ੁਰੂ ਤੋਂ ਹੀ ਰਹੀ ਮਨਪ੍ਰੀਤ ਬਾਦਲ ਦੀ ਗੱਲ ਕਰ ਰਹੇ ਹੋ ਨਾ ਬਿਲਕੁਲ ਸ਼ੁਰੂ ਤੋਂ ਹੀ ਡਿਫਰੈਂਸਸ ਰਹੇ ਔਰ ਸਾਫ ਨਜ਼ਰ ਵੀ ਆਉਂਦੇ ਰਹੇ ਵੀ ਮਨਪ੍ਰੀਤ ਬਾਦਲ ਕੁਝ ਹੋਰ ਕਹਿ ਰਹੇ ਆ ਸੁਖਵੀਰ ਸਿੰਘ ਬਾਦਲ ਕੁਝ ਹੋਰ ਕਹਿ ਰਹੇ ਆ ਡਿਫਰੈਂਟ ਅਪਰੋਚਸ ਨੇ ਸੁਖਵੀਰ ਸਿੰਘ ਬਾਦਲ ਦੀ ਅਪਰੋਚ ਬਿਲਕੁਲ ਉਹੀ ਸੀ ਜੋ ਪ੍ਰਕਾਸ਼ ਸਿੰਘ ਬਾਦਲ ਦੀ ਸੀ ਪੈਸਾ ਲੋਕਾਂ ਦਾ ਲੋਕ ਇਹ ਕਹਿੰਦੇ ਕਿ ਖਜ਼ਾਨਾ ਭਰਿਆ ਰਹਿਣਾ ਚਾਹੀਦਾ ਮੈਂ ਇੱਕ ਗੱਲ ਕਲੀਅਰ ਕਰਾਂ ਜੀ ਖਜ਼ਾਨਾ ਭਰਿਆ ਕੋਈ ਚੀਜ਼ ਨਹੀਂ ਹੁੰਦੀ ਖਜ਼ਾਨਾ ਹਰ ਸਾਲ ਫਰੈਸ਼ ਭਰਿਆ ਜਾਂਦਾ ਹਰ ਸਾਲ ਖਾਲੀ ਕੀਤਾ ਜਾਂਦਾ ਇੱਕ ਚੀਜ਼ ਦੂਜੀ ਚੀਜ਼ ਇਹ ਖਜ਼ਾਨਾ ਕੋਈ ਭਰਨ ਲਈ ਨਹੀਂ ਹੁੰਦਾ ਕਿ ਮੈਂ ਦਿਖਾਣਾ ਕਿ ਮੇਰੇ ਕੋਲ ਇੰਨੇ ਪੈਸੇ ਹੈਗੇ ਆ ਇਹ ਖਜ਼ਾਨਾ ਸੋ ਖਾਲੀ ਤੁਸੀਂ ਕਿੰਨੇ ਛੇਤੀ ਕਰਦੇ ਆ ਫੰਡਸ ਨੂੰ ਯੂਟਿਲਾਈਜ਼ ਕਿੰਨਾ ਛੇਤੀ ਕਰਦੇ ਆ ਔਰ ਉਹ ਦਖਾਲਦੇ ਆ ਇੱਥੇ ਖਰਚ ਆ ਇਹ ਚੀਜ਼ ਹੁੰਦੀ ਅਸਲੀ ਉਹ ਸੀ ਕਰਕੇ ਦਿਖਾਇਆ ਅਸੀਂ ਸਾਰੀਆਂ ਫੈਸਿਲਿਟੀਆਂ ਵੀ ਦਿੰਦੇ ਰਹੇ ਨਾ ਫੈਸਿਲਿਟੀਆਂ ਰੁਕੀਆਂ ਨਾ ਡਿਵੈਲਪਮੈਂਟ ਰੁਕੀ ਨਾ ਐਕਸੋਟਿਕਸ ਲੱਗੇ ਇਤੋਂ ਵੱਡੀ ਮੈਨੇਜਮੈਂਟ ਕਿਉਂ ਹੋ ਸਕਦੀ ਪੰਜਾਬ ਵਿੱਚ ਅੱਜ ਕੋਈ ਮਾਫੀਆ ਹੈ ਦੇਖੋ ਗੈਂਗ ਤਾਂ ਰਾਜ ਤਾਂ ਸਾਫ ਨਾ ਜਰਾ ਰਿਹਾ ਅਰ ਦੂਜੀ ਗੱਲ ਜਿਹੜੀ ਇਹ ਤਾਂ ਕਾਂਗਰਸੀ ਖੁਦ ਕਹਿ ਗਏ ਬਿਗਰਸ ਹੈਂਡਸੈਂਡ ਦੇ ਉੱਤੇ ਇਹਨਾਂ ਦਾ ਮਾਫੀਆ ਚੱਲ ਰਿਹਾ ਹੈ ਤਾਂ ਮੈਂ ਨਹੀਂ ਕਹਿ ਰਿਹਾ ਉਹਨਾਂ ਦੇ ਆਪਣੇ ਆਪਣੇ ਐਮਐਲਏ ਕਹਿ ਰਹੇ ਨੇ ਇੱਕ ਆਖਰੀ ਸਵਾਲ ਬਲਕਿ ਸਿੱਧੂ ਸਾਹਿਬ ਕਹਿ ਰਹੇ ਨੇ ਜਿਹੜੇ ਪ੍ਰਧਾਨ ਨੇ ਹੁਣ ਪ੍ਰਧਾਨ ਮੰਡਲ ਤੋਂ ਬਾਅਦ ਬਦਲ ਗਏ ਨੇ ਜਿਹੜੇ ਤੋਂ ਪਹਿਲਾਂ ਕਹਿੰਦੇ ਰਹੇ ਮਾਫੀਆ ਰਾਜ ਖਤਮ ਕਰਦਾ 7125 ਕਹਿ ਰਿਹਾ ਉਹ ਤਾਂ 7525 ਕਹਿ ਰਿਹਾ ਤੁਸੀਂ ਉਹਦੇ ਨਾਲ ਵੀ ਇਤفاق ਰੱਖਦੇ ਹੋ ਮੈਂ ਕਹਿੰਦਾ ਅਸੀਂ ਉਹਨਾਂ ਦੀ ਗੱਲ ਨੂੰ ਸੱਚੀ ਮੰਨ ਲੈਂਦੇ ਹਾਂ ਇੱਕ ਮਿੰਟ ਲਈ ਇਹਦਾ ਮਤਲਬ ਇਹ ਤਾਂ ਮੰਨਿਆ ਹੋਵੇ ਇਹ ਤਾਂ ਦੀ ਸਰਕਾਰ 25 ਕਰਪਟ ਹੈ 75 ਕਰਪਟ ਹੈ ਇਹਦਾ ਮੰਨ ਗਏ ਨਾ ਇੰਨੀ ਗੱਲ ਤਾਂ ਖੁਦ ਹੀ ਮੰਨ ਗਏ ਨਾ ਮੈਂ ਪੀਟਰ ਪਰਸਰ ਕਰਪਟ ਦਾ ਨਾਂ ਪ੍ਰਧਾਨ ਨਹੀਂ ਮੰਨਦਾ ਫਿਰ ਤੇ ਮਾਫੀਆ ਰਾਜ ਤਾਂ ਖੁਦ ਹੀ ਮੰਨਦੇ ਨੇ ਇੱਕ ਆਖਰੀ ਸਵਾਲ ਸ਼੍ਰੋਮਣੀ ਕਾਲੀਦਾਲ ਐਡੀ ਵੱਡੀ ਪਾਰਟੀ ਆ ਕਾਂਗਰਸ ਤੋਂ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਇਨਾਂ ਇਹਨੇ ਸਾਲ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਕੀਤਾ ਅਕਾਲੀ ਦਲ ਦੇ ਪਤਨ ਦਾ ਕਾਰਨ ਕੀ ਸਭ ਤੋਂ ਵੱਡਾ ਮੰਨਦੇ ਹੋ ਤੁਸੀਂ ਨਹੀਂ ਪਤਨ ਨਹੀਂ ਮੈਂ ਕਹਾਂਗਾ ਮੈਂ ਕਹਾਂਗਾ ਇੱਕ ਇਲੈਕਸ਼ਨ ਹਾਰਨ ਦਾ ਕਾਰਨ ਕੀ ਹੈ ਇੱਕ ਇਲੈਕਸ਼ਨ ਹੀ ਹਾਰੇ ਨਾ ਅਸੀਂ ਯੂ نو ਉਹਦਾ ਹਰਨ ਉਹਦਾ ਕਾਰਨ ਕੀ ਹੈ ਉਹ ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸਦਾ ਉਹਦਾ ਕਾਰਨ ਇਹ ਹੋਇਆ ਕਿ ਮੈਂ ਆਪਣੀ ਡਿਊਟੀ ਇਸ ਤਰ੍ਹਾਂ ਨਹੀਂ ਨਿਭਾ ਸਕਿਆ ਉਸ ਜਿਹੜਾ ਸਾਡੇ ਤੇ ਇਲਜ਼ਾਮ ਲੱਗਿਆ ਉਹ ਮੈਂ ਲੋਕਾਂ ਦੇ ਸਾਹਮਣੇ ਦਿਖਾ ਨਹੀਂ ਸਕਿਆ ਇਹ ਇਲਜ਼ਾਮ ਗਲਤ ਹੈ ਔਰ ਉਹ ਇਲਜ਼ਾਮ ਅਜੇ ਤੱਕ ਸਾਬਤ ਨਹੀਂ ਹੋ ਸਕਿਆ ਔਰ ਕਦੇ ਸਾਬਤ ਨਹੀਂ ਹੋ ਸਕਣਾ ਬਿਕੋਜ਼ ਛੁਪਟਾਇਆ ਇਹ ਸਚਾਈ ਨਿਕਲੇਗੀ ਇਹਦੀ ਮੈਂ ਤੁਸੀਂ ਦੇਖ ਲਓ ਸਚਾਈ ਨਿਕਲੇਗੀ ਕਿਉਂਕਿ ਇਦਾਂ ਦੀ ਸਚਾਈ ਕਿੰਨਾ ਦੇ ਰੁਕ ਰਹੀ ਹੈ ਨਾ ਇਸ ਸਚਾਈ ਨਿਕਲੇਗੀ ਪਹਿਲੀ ਸਚਾਈ ਇਹ ਨਿਕਲੇਗੀ ਪੇ ਜੋ ਇਲਜ਼ਾਮ ਅਕਾਲੀ ਦਲ ਤੇ ਲਾਏ ਗਏ ਇਹ ਸਭ ਸਬ ਪੋਲੀਟਿਕਲੀ ਮੋਟੀਵੇਟਿਡ ਸੀਗੇ ਔਰ ਜਾਣ ਬੁਝ ਕੇ ਲਾਏਗਾ ਜਾਣ ਬੁਝ ਕੇ ਲਾਏਗਾ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਪਤਾ ਹੈ ਗਲਤ ਹੈ ਔਰ ਫਿਰ ਵੀ ਲਾ ਰਹੇ ਹਾਂ ਇੱਕ ਚੀਜ਼ ਦੂਜੀ ਚੀਜ਼ ਮਤਲਬ ਮੈਂ ਹੁਣ ਇੱਥੇ ਕਹਿੰਦਾ ਚੰਗਾ ਨਹੀਂ ਲੱਗਦਾ ਪਰ ਤੁਹਾਨੂੰ ਮੈਂ ਦੱਸਾਂ ਇਹ ਜਿਹੜੇ ਗਿਲਟੀ ਲੋਕ ਨੇ ਨਾ ਉਹ ਵੀ ਲੋਕਾਂ ਦੇ ਸਾਹਮਣੇ ਆ ਜਾਣੇ ਆ ਔਰ ਮੈਨੂੰ ਮੈਨੂੰ ਰੱਬ ਤੇ ਵਿਸ਼ਵਾਸ ਹੈ ਇਸ ਗੱਲ ਦਾ ਕਿ ਇਹ ਅਕਾਲੀ ਸਰਕਾਰ ਦੇ ਡਿਊਰਿੰਗ ਆਣ ਕੇ ਕਹਿੰਦੇ ਨੇ ਤੂੰ ਵੀਨੇ ਦਰਦ ਦਿਆ ਹੈ ਤੂੰ ਵੀ ਦੁਆ ਦੇਣਾ ਸਾਡੇ ਟਾਈਮ ਤੇ ਇਹ ਗਲਤੀ ਹੋਈ ਸੀ ਸਾਡੇ ਟਾਈਮ ਤੇ ਇਹ ਗਲਤੀ ਠੀ ਇੱਕ ਪ੍ਰਕਾਸ਼ ਬਾਦਲ ਹਰਾਨੇ ਤੁਹਾਨੂੰ ਇੱਕ ਵਾਰੀ ਗੱਲ ਕਹੀ ਸੀ ਇਫ ਯੂ ਹੈਵ ਗੋਟ ਯੂਅਰ ਫਰੂਟ ਡੋਨਟ ਆਰਗੂ ਵਿਦ ਦ ਟਰੀ ਸੌਰੀ ਬਾਦਲ ਸਾਹਮਣੇ ਤੁਹਾਨੂੰ ਇੱਕ ਵਾਰੀ ਕਿਹਾ ਸੀ ਇਫ ਯੂ ਹੈਵ ਗੋਟ ਯੂਅਰ ਫਰੂਟ ਡੋਨਟ ਆਰਗੂ ਵਿਦ ਦ ਟਰੀ ਟਰੀ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਦ ਤੁਸੀਂ ਜਿਹੜੀ ਗੱਲ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਉਹ ਤੁਸੀਂ ਹਾਸਲ ਕਰ ਲਈ ਹੁਣ ਤੁਹਾਡੇ ਕੋਲ ਲੋਕੀ ਵਿਰੋਧ ਕਰੇ ਪਏ ਐ ਇਦਾਂ ਕੀਤਾ ਜene ਉਦਾਂ ਕੀਤਾ ਜਦਕਿ ਤੁਹਾਨੂੰ ਐਵੇਂ ਤੁਹਾਡੇ ਕੋਈ ਦੁਸ਼ਮਣ ਨਾ ਬਣਨਾ ਚਾਹਦੇ ਆ ਤੁਸੀਂ ਰੱਬ ਨੇ ਤੁਸੀਂ ਤੁਸੀਂ ਆਪਣੀ ਮਿਹਨਤ ਕੀਤੀ ਔਰ ਤੁਸੀਂ ਆਪਣੀ ਗੱਲ ਆਪਣੀ ਲੈ ਨੂੰ ਇਹਨੂੰ ਇਦਾਂ ਸਮਾਪਤ ਕਰਾਂ ਕਿ 10 ਸਾਲ ਤੁਸੀਂ ਰਾਜ ਕੀਤਾ ਜਿਹੜਾ ਫਲ ਲੈਣਾ ਸੀ ਲੈ ਲਿਆ ਹੁਣ ਲੋਕ ਜੋ ਮਰਜ਼ੀ ਬੁਲੇਟ ਕੋਈ ਫਰਕ ਨਹੀਂ ਇਹ ਤਾਂ ਇਹ ਤਾਂ ਹੁਣ ਤੁਸੀਂ ਉਹਦਾ ਕੰਟੈਕਸਟ ਵੀ ਪੜ ਲਿਆ ਹੋਣਾ ਕਿ ਮੈਂ ਪੜਿਆ ਸਾਰਾ ਤੇ ਉਹ ਕੰਟੈਕਸਟ ਜੇ ਤਾਂ ਨਹੀਂ ਸੀਗਾ ਹਾਂ ਇਹਨਾਂ ਉਹਦਾ ਕੰਟੈਕਸਟ ਤਾਂ ਪਤਾ ਹੀ ਆ ਕੀ ਆ ਉਸ ਕੰਟੈਕਸਟ 'ਚੋ ਗੱਲ ਆ ਇਹ ਤਾਂ ਆ ਤਾਂ ਹੁਣ ਖਿਚਣੇ ਵਾਲੀ ਗੱਲ ਆ ਨਹੀਂ ਤੁਹਾਨੂੰ ਲੱਗਦਾ ਦਰਖਤ ਤੇ ਵੱਟੇ ਮਾਰੇ ਜਾ ਰਹੇ ਜਾਣ ਬੁਝ ਕੇ ਨੇ ਦਰਖਤੇ ਵੱਟੇ ਮਾਰੇ ਜਾਣੇ ਚਾਹੀਦੇ ਹੁੰਦੇ ਆ ਹਾਂ ਦਰਖਤੇ ਦੇ ਦੇਖੋ ਜਿਹੜਾ ਫਲਦਾਰ ਦਰਖਤ ਹੁੰਦਾ ਉਹਦੇ ਵੱਟੇ ਵੱਜਦੇ ਆ ਵੱਜਣੇ ਚਾਹੀਦੇ ਹੁੰਦੇ ਆ ਤਾਂ ਹੀ ਫਲ ਦਿੰਦਾ ਹੁੰਦਾ ਉਹ ਜਾਂ ਬਲਕਿ ਉਹਦਾ ਵੀ ਫਲ ਦਿੰਦਾ ਪਰ ਜੇ ਕਿਹਨੇ ਛੇਤੀ ਲੈਣਾ ਹੋਵੇ ਤਾਂ ਵੱਟੇ ਮਾਰ ਕੇ ਵੀ ਲੈ ਤੁਸੀਂ ਸਾਰੀ ਰਿਸਪੌਂਸਿਬਿਲਟੀ ਆਪ ਦੇ ਆਪ ਤੇ ਲੈ ਰਹੇ ਆ ਕਿ ਕਾਰੀ ਦਲ ਦੀ ਹਾਰ ਦਾ ਕਾਰਨ ਮਿਸਟਰ ਬੈਂਸ ਹੈ ਅਕਾਲੀ ਦਲ ਦੇ ਪ੍ਰਧਾਨ ਜਾਂ ਕਾਰੀ ਦਲ ਦੀ ਲੀਡਰਸ਼ਿਪ ਨੇ ਕਦੇ ਕਿਹਾ ਕਿ ਮਿਸਟਰ ਬੈਂਸ ਕਰਕੇ ਹਾਰਿਆ ਅਕਾਲੀ ਦਲ ਦੇਖੋ ਮੈਂ ਉਹਨਾਂ ਦਾ ਵੱਡਾ ਪੁਆਇੰਟ ਸਮਝਦਾ ਮੈਂ ਉਹਨਾਂ ਨੇ ਨਹੀਂ ਕਿਹਾ ਇਹ ਇਹ ਉਹਨਾਂ ਦੀ ਗ੍ਰੇਸ ਹੈ ਪਰ ਮੈਂ ਉਹਨਾਂ ਨੂੰ ਜਰੂਰ ਕਿਹਾ ਔਰ ਮੈਂ ਖੌਰਾں ਚ ਵੀ ਇਹ ਗੱਲ ਕਹੀ ਉਸੇ ਲਈ ਕਹੀ ਇਹ ਨਹੀਂ ਅੱਜ ਨਹੀਂ ਕਹਿ ਰਿਹਾ ਮੈਂ ਜਿਸ ਦਿਨ ਆਪਾਂ ਇਲੈਕਸ਼ਨ ਹਾਰੇ ਸੀ ਮੈਂ ਉਸ ਦਿਨ ਹੀ ਰਿਸਪਾਂਸਿਬਿਲਟੀ ਆਪਣੇ ਤੇ ਲੈ ਲਈ ਸੀ ਬਿਕੋਸ ਦੇਖੋ ਪ੍ਰਕਾਸ਼ ਸਿੰਘ ਬਾਦਲ ਵਰਗਾ ਮੁੱਖ ਮੰਤਰੀ ਹੋਵੇ ਸੜਕਾਂ ਦੇ ਜਾਲ ਵਿੱਚੇ ਨਜ਼ਰ ਆ ਰਹੇ ਹੁਣ ਬਿਜਲੀ ਘਰ ਘਰ ਪਹੁੰਚੀ ਹੋਵੇ ਹਰ ਇੱਕ ਨੂੰ ਸਹੂਲਤਾਂ ਮਿਲ ਰਹੀਆਂ ਹੁਣ ਸਾਰਾ ਕੁਝ ਠੀਕ ਹੋਵੇ ਇੱਕ ਝੂਠੇ ਇਲਜ਼ਾਮ ਕਰਕੇ ਅਸੀਂ ਹਾਰ ਜਾਈਏ ਫਿਰ ਤਾਂ ਜਿਹੜਾ ਬੰਦਾ ਪਰਸੈਪਸ਼ਨ ਮੈਨੇਜਮੈਂਟ ਕਰ ਰਿਹਾ ਸੀ ਉਹਦੀ ਕਸੂਰ ਸੀ ਨਾ ਉਹ ਮੈਂ ਸੀਗਾ ਚਲੋ ਬਹੁਤ ਧੰਨਵਾਦ ਮਿਸਟਰ ਬੈਂਸ ਇੱਕ ਸਪੋਰਟਸਮੈਨ ਸਪਿਰਟ ਹੁੰਦੀ ਹੈ ਜਿੰਦੇ ਕਰਕੇ ਤੁਸੀਂ ਸਾਰੀ ਜ਼ਿੰਮੇਵਾਰੀ ਲੈ ਰਹੇ ਹੋ ਇਹ ਤਾਂ ਬਾਕੀ ਲੋਕਾਂ ਨੇ ਫੈਸਲਾ ਕਰਨਾ ਜ਼ਿੰਮੇਵਾਰ ਕੌਣ ਹੈ ਤੇ ਕਿਹੜੀ ਵਜ੍ਹਾ ਜਿੰਦੇ ਕਰਕੇ ਕਾਲੀ ਦਲ ਉਹ ਉਹਦਾ ਗ੍ਰਾਫ ਮੈਂ 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 ਕਨਵਿੰਸਡ ਹਾਂ ਮੈਂ ਹੁਣ ਦੱਸਦਾ ਮੇਰਾ ਮੇਰੀ ਉਹ ਕਨਵਿੰਸ ਟੋਟਲ ਉਹ ਕਨਸੀਡਰਡ ਥਿਊ ਹੈ ਮੇਰਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਤੁਸੀਂ ਅੱਗੋਂ ਵੀ ਦੇਖਿਓ ਜਿਹੜਾ ਹੁਣ ਅਸੀਂ ਮੈਂ ਤੁਹਾਨੂੰ ਇੱਕ ਵਾਰੀ ਗੱਲ ਕੀਤੀ ਨਾ ਕਿ 100 ਦਿਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ ਉਸ ਏਜੰਡਾ ਦੇਖੋ ਕੀ ਹੈ ਔਰ ਵਾਂਸ ਅਗੇਨ ਇਟਸ ਸੇਮ ਅਕਾਲੀ ਅਜੰਡਾ ਜਿਹੜਾ ਕਿ ਸਰਪ੍ਰਕਾਸ਼ ਸਿੰਘ ਬਾਦਲ ਕਰਦਾ ਸੀ ਥੈਟ ਮੀਨਸ ਪੀਪਲਜ਼ ਵਰਕ ਸੋ ਲੋਕਾਂ ਦੇ ਕੰਮ ਸੋ ਬਹੁਤ ਧੰਨਵਾਦ ਮਿਸਟਰ ਬੈਂਸ ਇਹ ਸਨ ਹਰਚੰਦ ਬੈਂਸ ਜਿਹੜੇ ਵਾਰ-ਵਾਰ ਕਹਿ ਰਿਹਾ ਕਿ ਅਸੀਂ ਲੋਕਾਂ ਦੇ ਅਜੰਡੇ ਤੇ ਕੰਮ ਕਰਨਾ ਚਾਹੁੰਦੇ ਹਾਂ ਜੋ ਲੋਕਾਂ ਦੇ ਅਜੰਡੇ ਦੀ ਗੱਲ ਹੁੰਦੀ ਹੈ ਤਾਂ ਫਿਰ ਉਦੋਂ ਉਹ ਅਕਾਲੀ ਦਲ ਯਾਦ ਆਉਂਦਾ ਜਿਹੜਾ ਹਮੇਸ਼ਾ ਸੰਗੀਟਾਂਚੇ ਦੀ ਗੱਲ ਕਰਦਾ ਸੀ ਹੁਣ ਅਕਾਲੀ ਦਲ ਤੇ ਇਹ ਲਗਾਤਾਰ ਇਲਜ਼ਾਮ ਲੱਗਦੇ ਰਹੇ ਹੈ ਕਿ ਸ਼ੰਭੂ ਬਾਡਰ ਟੱਪਦਿਆਂ ਹੀ ਅਕਾਲੀ ਦਲ ਸੰਗੀਟਾਂਚੇ ਨੂੰ ਭੁੱਲਦਾ ਰਿਹਾ ਹੈ ਹੁਣ ਦੁਬਾਰਾ ਜੇ ਵਾਪਸੀ ਕਰ ਰਿਹਾ ਅਕਾਲੀ ਦਲ ਕਿਸ ਤਰੀਕੇ ਨਾਲ ਖੇਤੀਕਰਨ ਦੇ ਮੁੱਦੇ ਤੇ ਕਿਸਾਨਾਂ ਦੇ ਵਿੱਚ ਆਪਣੀ ਗੱਲ ਪਹੁੰਚਾ ਸਕੇਗਾ ਕਿਵੇਂ ਖੇਤਰੀ ਧਿਰਾਂ ਨੂੰ ਇਕੱਠਾ ਕਰ ਸਕੇਗਾ ਬਹੁਤ ਸਾਰੇ ਸਵਾਲ ਅਕਾਲੀ ਦਲ ਦੇ ਅੱਗੇ ਖੜੇ ਆ 100 ਦਿਨ ਪੰਜਾਬ ਵਿੱਚ ਯਾਤਰਾ ਹੈ ਕੀ ਹੈ ਪਰ ਪੰਜਾਬ ਦੇ ਵਿੱਚ ਇਹ ਯਾਤਰਾ ਦਾ ਮਤਲਬ ਅਕਾਲੀ ਦਲ ਲਈ ਕਿੰਨਾ ਵੱਡਾ ਤੇ ਲੋਕਾਂ ਲਈ ਕਿੰਨਾ ਵੱਡਾ 2022 ਲਈ ਕਿੰਨਾ ਵੱਡਾ ਬਹੁਤ ਸਾਰੇ ਸਵਾਲ ਬਾਕੀ ਆ ਆਉਣ ਵਾਲੇ ਸਮੇਂ ਵਿੱਚ ਫਿਰ ਪੁੱਛਾਂਗੇ ਸ਼ਰਮਣੀ ਅਕਾਲੀ ਦਲ ਦਾ ਪਤਨ ਕਿਉਂ ਹੋਇਆ ਸ਼੍ਰੋਮਣੀ ਕਾਲਦਲ ਦਾ ਕਰਾਫ ਕਿਉਂ ਡਿੱਗਿਆ ਇਸ ਨੂੰ ਬੜੇ ਵੱਖਰੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਕਾਲਦਲ ਹਜੇ ਹਾਰਿਆ ਨਹੀਂਗਾ ਸ਼੍ਰੋਮਣੀ ਕਾਲਦਲ ਦੁਬਾਰਾ ਮੈਦਾਨ ਵਿੱਚ ਆਵੇਗਾ ਪਰ ਦੁਬਾਰਾ ਮੈਦਾਨ ਵਿੱਚ ਆਉਣ ਦੇ ਲਈ ਕਿਉਂ ਦੇ ਮੁੱਦੇ ਬਦਲ ਗਏ ਪਾਈ ਵਾਲੀਆਂ ਬਦਲ ਜਾਣ ਗਿਆ ਕਿਹੜੇ ਏਜੰਡੇ ਲੈ ਕੇ ਲੋਕਾਂ ਵਿੱਚ ਆਵੇਗਾ ਸਵਾਲ ਇਹੀ ਹੈ ਤੇ ਲਗਾਤਾਰ ਪੁੱਛਾਂਗੇ ਬਹੁਤ ਧੰਨਵਾਦ